ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਖੜੇ ਦਾ ਖਾਲਸਾ ਖੂਹ ਕਵੀਰਾਜ ਭਾਈ ਤੰਨਾ ਸਿੰਘ ਜੀ ਨੌਸ਼ਹਿਰਾ ਪਨੂਆ ਤਰਨ ਤਾਰਨ ਵਿਖੇ ਇਸ ਸਾਲਾਨਾ ਧਾਰਮਿਕ ਸਮਾਗਮ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਦੁਆਰਾ ਖੜੇ ਦਾ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਨੇ ਦੱਸਿਆ ਕਿ ਇਸ ਸਾਲਾਨਾ ਧਾਰਮਿਕ ਸਮਾਗਮ ਵਿੱਚ ਲਗਾਤਾਰ 1 ਮਹੀਨਾ ਸੰਗਤਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ, ਅੱਜ ਤੋਂ 20 ਸਾਲ ਪਹਿਲਾਂ ਤੋਂ ਇਹ ਗੁਰਪੁਰਬ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ, ਸਾਰੀ ਸੰਗਤ ਦੇ ਸਹਿਯੋਗ ਨਾਲ ਮਨਾਈਦਾ ਜੀ। ਪਹਿਲਾਂ ਪਿਆਰੀ ਸਾਧ ਸੰਗਤ ਇਕੱਲੇ ਹੀ ਇਸ ਤਰ੍ਹਾਂ ਸੰਗਤਾਂ ਵਿਰਲੀਆਂ ਜੀ, ਫਿਰ ਅਸੀਂ ਸੋਚਿਆ ਵੀ ਹੋਵੇ ਨਾ ਅਤੇ ਜਾਪ ਕਰਿਆ ਕਰੀਏ। ਫਿਰ ਅਸੀਂ ਜਾਪ ਕਰਨਾ ਸ਼ੁਰੂ ਕੀਤਾ, ਉਹ 2-4 ਦਿਨ ਦਾ ਜਾਪ ਕਰੀਦਾ ਸੀ। ਉਸ ਤੋਂ ਬਾਅਦ ਸੰਗਤਾਂ ਦਾ ਪਿਆਰ ਬਣ ਗਿਆ, ਫਿਰ 1 ਮਹੀਨਾ ਜਾਪ ਕਰਨਾ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ। 1 ਮਹੀਨਾ ਜਾਪ ਕਰਨਾ ਸ਼ੁਰੂ ਕੀਤਾ, ਉਹਦੇ ਵਿੱਚ ਹੌਲੀ ਹੌਲੀ ਪਹਿਲਾਂ ਥੋੜ੍ਹੀ ਥੋੜ੍ਹੀ ਸੰਗਤ ਸੀ, ਕਈਆਂ ਨੂੰ ਆਉਂਦਾ ਨਹੀਂ ਸੀ ਸੁਖਮਨੀ ਸਾਹਿਬ ਜਾਂ ਜਾਪ ਨਹੀਂ ਕਰਨਾ ਆਉਂਦਾ। ਹੌਲੀ ਹੌਲੀ ਪਿਆਰੀ ਸਾਹਿਬ ਸੰਗਤ, ਫਿਰ ਪਿਆਰ ਬਣ ਗਿਆ ਸਾਰੀ ਸੰਗਤ ਦਾ। ਉਹ ਫਿਰ ਸੰਗਤ ਨੇ ਆਣ ਕੇ ਵੇਖ ਲਓ ਗਾਂਹ ਦੀ ਗਾਂਹ ਸਾਡਾ ਪਹਿਲਾਂ ਆਹ ਨਗਰ ਜਿਹੜਾ ਸੀ ਇਹ ਜੁੜਿਆ। ਉਸ ਤੋਂ ਬਾਅਦ ਗਾਂਹ ਜਿਸ ਤਰ੍ਹਾਂ ਦੁਸ਼ਹਿਰਾ, ਪਨੂਆ, ਖੇਡਾ, ਅਨੰਦਪੁਰ, ਜਵੰਦੇ, ਲਾਗੇ ਲਾਗੇ ਜਿੰਨੇ ਪਿੰਡ ਆ ਨਾ ਉਹ ਜੁੜ ਗਏ। ਫਿਰ ਉਹਦੇ ਨਾਲ ਜਿਹੜਾ ਪਿਆਰ ਹੋਰ ਵੱਧ ਗਿਆ ਅਤੇ ਜਾਪ ਕਰਨਾ ਸ਼ੁਰੂ ਕੀਤਾ ਮਹੀਨਾ 1। ਮਹੀਨੇ ਵਿੱਚ ਪਿਆਰੇ ਸਾਧ ਸੰਗਤ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੇ ਖੁਸ਼ੀਆਂ ਮਾਣੀਆਂ। ਸਾਰੀ ਸੰਗਤ ਨੇ ਬਹੁਤ ਪਿਆਰ ਦੇ ਨਾਲ, ਨਿੱਕੇ ਨਿੱਕੇ ਬੱਚੇ ਜਿਹੜੇ ਸੀ ਉਹਨਾਂ ਵੀ ਆਣ ਕੇ ਪਿਆਰੀ ਸਾਧ ਸੰਗਤ ਅਤੇ ਗੁਰੂ ਪਾਤਸ਼ਾਹ ਦਾ ਇਹ ਦਿਹਾੜਾ ਮਨਾਇਆ। ਉੱਧਰੋਂ ਦੇਖੋ ਵਿਆਹੀ ਦਾ ਟਾਈਮ ਸੀ, ਫਸਲਵਾੜੀ ਸਾਹਮਣੀ, ਪਰ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਨੇ ਇਹ ਦਿਹਾੜਾ ਜਿਹੜਾ ਗੁਰੂ ਪਾਤਸ਼ਾਹ ਦਾ ਮਨਾਇਆ ਵਾ। ਮੈਂ ਤਾਂ ਇਹ ਖੁਸ਼ੀ ਵਿੱਚ ਸਾਰੀ ਸੰਗਤ ਨੂੰ, ਜੋ ਦੇਸ਼ ਵਿਦੇਸ਼ ਵਿੱਚ ਸੰਗਤਾਂ ਆਪਣੀਆਂ ਗਏ ਪੰਜਾਬੀ, ਜੋ ਇਹ ਭੈਣ ਭਰਾ ਵਾ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ, ਉਹਨਾਂ ਨੂੰ ਇਸ ਪ੍ਰਕਾਸ਼ ਦਿਹਾੜੇ ਦੇ ਵਧਾਈ ਦਿੰਦਾ। ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਨੂੰ, ਮਹਾਰਾਜ ਕਿਰਪਾ ਕਰੇ। ਇਸੇ ਤਰ੍ਹਾਂ ਸੰਗਤਾਂ ਮਨਾਉਂਦੀਆਂ ਰਹਿਣ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ, ਅਤੇ ਇਸੇ ਤਰ੍ਹਾਂ ਆਨੰਦ ਮਾਣਦੀਆਂ ਰਹਿਣ। ਗੁਰੂ ਘਰ ਵਿੱਚ ਪਿਆਰੀ ਸਾਧ ਸੰਗਤ ਕੁਛ ਆਪਾਂ ਲੈਣਾ ਹੀ ਆ, ਗੁਰੂ ਘਰੋਂ ਆਣ ਕੇ ਕੁਛ ਲੈਣਾ ਹੀ ਆ। ਸਾਰੀ ਟੀਮ ਜਿਹੜੀ ਬਣ ਗਈ ਉਸ ਟਾਈਮ ਨਾਲ ਪਿਆਰੀ ਸਾਧ ਸੰਗਤ ਮਹਾਰਾਜ ਕਿਰਪਾ ਹੋਈ, ਨਾਲੇ ਜਿਹੜੀਆਂ ਯਾਦਾਂ ਕਾਇਮ ਹੋ ਗਈਆਂ, ਨਾਲੇ ਪਿਆਰੀ ਸਾਧ ਸੰਗਤ ਜਿਹੜੇ ਜਾਪ ਸੀ ਉਹ ਸੰਗਤਾਂ ਨੂੰ ਕਈਆਂ ਦਾ ਮੂੰਹ ਜ਼ਬਾਨੀ ਆਉਣਾ ਸ਼ੁਰੂ ਹੋ ਗਿਆ ਵਾ। ਸੋ ਮਹਾਰਾਜ ਕਿਰਪਾ ਕਰੇ, ਇਹ ਜਿਹੜੀਆਂ ਸ਼ੁਭਕਾਮਨਾ ਸੰਗਤਾਂ ਨੇ ਗੁਰੂ ਪਾਤਸ਼ਾਹ ਤੋਂ ਨਈਆਂ ਖੁਸ਼ੀਆਂ, ਮਹਾਰਾਜ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਦਾ ਰਹੇ। ਸੋ ਇੰਨਾ ਕੁਛ ਕਹਿੰਦੇ ਖਿਮਾ ਦੇ ਜਾਚਕ, ਮਹਾਰਾਜ ਲੱਖ ਲੱਖ ਵਧਾਈ ਹੋਵੇ, ਮਹਾਰਾਜ ਕਿਰਪਾ ਕਰੇ ਸੰਗਤ ਨੂੰ। ਧੰਨ ਭਾਗ ਜੀ ਆਇਆਂ ਨੂੰ ਜੀ। ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਇੰਦਰ ਮੁੱਚਾ ਪ੍ਰਭ ਕੈ ਸਿਮਰਨ ਕਿਸ਼ਨ
ਸੰਤ ਗੰਗਾ ਦਾਸਨ ਦਸਨਾ ਪ੍ਰਭੋ ਸਿਮਰੈ ਸੇ ਭਗਵੰਤੇ ਪ੍ਰਭੋ ਸਿਮਰੈ ਸੇ ਭਗਵੰਤੇ ਪ੍ਰਭੋ ਸਿਮਰੈ ਸੇ ਜਨ ਪ੍ਰਵਾਨ ਪ੍ਰਭੋ ਸਿਮਰੈ ਸੇ ਪ੍ਰਭ ਪ੍ਰਧਾਨ ਪ੍ਰਭੋ ਸਿਮਰੈ ਸੇ ਮੈਂ ਮੋਤਾ ਜੇ ਪ੍ਰਭੋ ਸਿਮਰੈ ਸੇ ਸਭ ਜਾਣੇ ਪ੍ਰਭੋ ਸਿਮਰੈ ਸੇ ਸੁਖਵਾਸੀ ਪ੍ਰਭੋ ਸਿਮਰੈ ਸਦਾਇ ਬਨਾਸੀ ਸਿਮਰੈ ਤੇਰਾ ਕੇ ਦਿਆ ਦਿਆਲਾ ਨਾਨਕ ਰੰਗੀ ਮਗਰ ਵਾਲਾ ਪ੍ਰਭੋ ਸਿਮਰੈ ਸੇ ਪਾਰੇ ਪੁਕਾਰੀ ਪ੍ਰਭੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭੋ ਸਿਮਰੈ ਸੇ ਮੁਕਤ ਸਹਾਰੇ ਪ੍ਰਭੋ ਸਿਮਰੈ ਤਿਨ ਸੁਖ ਰਿਹਾਰੇ ਪ੍ਰਭੋ ਸਿਮਰੈ ਤਿਨ ਆਤਮ ਜੀਤਾ ਪ੍ਰਭੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭੋ ਸਿਮਰੈ ਤਿਨ ਅੰਗ ਦੇ ਪ੍ਰਭੋ ਸਿਮਰੈ ਤਸੇ ਹਰ ਮੇਰੇ ਕਿਰਪਾ ਤੇ ਅੰਤ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭੋ ਸਿਮਰਨ ਭਾਗ ਪੂਰੇ ਪ੍ਰਭੋ ਸਿਮਰਨ ਹੁਕਮ ਚੂਰੇ ਪ੍ਰਭੋ ਸਿਮਰਨ ਹਰ ਗੁਣ ਬਾਣੀ ਪ੍ਰਭੋ ਕੈ ਸਿਮਰਨ ਸਹਿਜ ਸਮਾਨੀ ਪ੍ਰਭੋ ਕੈ ਸਿਮਰਨ ਨੇਤਰ ਆਸਨ ਪ੍ਰਭੋ ਕੈ ਸਿਮਰਨ ਕਵੇ ਗਦਾਸਨ ਪ੍ਰਭੋ ਕੈ ਸਿਮਰਨ ਹਰ ਹਦ ਚੁਨ ਕਾ ਸੁਖ ਪ੍ਰਭੋ ਸਿਮਰਨ ਕੈ ਅੰਤ ਨ ਪਾਵੇ ਸਿਮਰੈ ਸੇ ਜਗਤਿ ਕੋ ਬ੍ਰਹਮਿਆ ਨਾਨਕ ਦਿਲ ਜਨ ਸੰਨੀ ਪਿਆ ਸਿਮਰਨ ਕਰ ਭਗਤ ਪ੍ਰਕਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਕੈ ਸਿੱਧ ਜਿਤਿ ਜਾਵੇ ਹਰ ਸਿਮਰਨ ਕੀ ਜੋ ਪੜ ਜਾਵੇ ਹਰ ਸਿਮਰਨ ਧਾਰੇ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਕਲੇ ਅਕਾਰਾ ਇਸ ਮੌਕੇ ਦੂਰ ਦੁਰਾਡੇ ਤੋਂ ਭਾਰੀ ਗਿਣਤੀ ਵਿੱਚ ਆਈਆਂ ਸੰਗਤਾਂ ਗੁਰੂ ਜੀ ਦੇ ਦਰਬਾਰ ਵਿੱਚ ਸ਼ਰਧਾ ਭਾਵ ਨਾਲ ਨਤਮਸਤਕ ਹੋਈਆਂ ਨੇ। ਇਸ ਦੌਰਾਨ ਗੁਰਦੁਆਰਾ ਖੜੇ ਦਾ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਵੱਲੋਂ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਸ਼ੋਲ ਅਤੇ ਸੂਟ ਦਿੱਤੇ ਗਏ। ਉਹਨਾਂ ਨੂੰ ਬੇਨਤੀ ਹੈ ਕਿਉਂਕਿ ਸਨਮਾਨ ਲੈਣ ਰਤਨ ਜੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਸਨਮਾਨ ਲੈਣ ਇੱਥੇ ਅੱਗੇ ਆ ਜਾਓ ਜੀ ਸਾਰੇ ਤਾਰਾ ਜਿਹੜਾ ਦਿਲਾਂ ਦੇ ਲੱਗ ਜਾਣਾ ਉਹਨੇ
ਆਪਣੇ ਗੁਰਮੁਖ ਸਿੰਘ ਆ ਜਾਓ ਭਾਜੀ ਆ ਜਾਓ ਗੁਰਮੁਖ ਸਿੰਘ ਸਾਹਿਬ ਆ ਗਿਆ ਤੂੰ ਮਾਸਟਰ ਜੀ ਜਿਹਨੂੰ ਨਹੀਂ ਮਿਲਿਆ ਆਪੇ ਹੀ ਆ ਜਾਓ ਇਹਨਾਂ ਆਖੋ ਸਾਡੇ ਨਾਲ ਆ ਜਾਈਏ ਹੀ ਹੁਣ ਪਰਮ ਸਤਿਕਾਰਯੋਗ ਖਾਲਸਾ ਜੀਓ। ਗੁਰਦੁਆਰਾ ਖੜੇ ਦਾ ਖਾਲਸਾ ਖੂਹ ਕਵੀ ਰਾਜ ਭਾਈ ਧੰਨਾ ਸਿੰਘ ਜੀ, ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ, ਤਿੰਨਾਂ ਦੀ ਰਹਿਨਮਾਈ ਹੇਠ ਇੱਕ ਮਹੀਨੇ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਜਾਪ ਚੱਲੇ ਸਨ, ਜਿਸ ਵਿੱਚ 1000 ਤੋਂ ਵੱਧ ਸੰਗਤਾਂ ਨੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ 22 ਤਰੀਕ ਨੂੰ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਏ ਸਨ। ਸੁਮਾ ਪੁਰਖਾਂ ਨੇ ਸਾਰੀ ਸੰਗਤ ਨੂੰ ਨਿਵਾਜਿਆ ਸੀ, ਬੀਬੀਆਂ ਨੂੰ ਸੂਟ ਦੇ ਕੇ, ਭਾਈਆਂ ਨੂੰ ਲੋਈਆਂ ਸਰੋਪੇ, ਪਿਆਰ ਦਿੱਤਾ ਸਾਰਿਆਂ ਨੂੰ। ਸੋ 23 ਤਰੀਕ ਨੂੰ ਕਬੱਡੀ ਵਾਲੇ ਮੈਚ ਹੋਏ ਸਨ। ਇੱਕ ਮੈਚ ਲੜਕੀਆਂ ਦਾ ਕਰਵਾਇਆ ਸੀ, ਇੱਕ ਮੈਚ ਬਜ਼ੁਰਗਾਂ ਦਾ, ਇੱਕ ਜਿਹੜੇ ਨੌਜਵਾਨ ਆਪਣੇ ਆ ਉਹਨਾਂ ਦਾ ਮੈਚ ਹੋਇਆ ਸੀ। ਸੋ ਕੱਲ੍ਹ ਰਾਤ 24 ਤਰੀਕ ਨੂੰ ਕਵੀ ਦਰਬਾਰ ਕਰਵਾਇਆ ਗਿਆ ਸੀ। ਕਵੀ ਦਰਬਾਰ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹੈ, ਭੋਗ ਤੋਂ ਉਪਰੰਤ ਆਤਿਸ਼ਬਾਜ਼ੀ ਦੇ ਨਜ਼ਾਰੇ ਵੀ ਦੇਖੇ ਨੇ। ਸੋ ਇਹ ਜਿਹੜੇ ਸਮਾਗਮ ਹੈ, ਇਹ ਮਹਾਂਪੁਰਖਾਂ ਵੱਲੋਂ 20-25 ਸਾਲ ਤੋਂ ਇਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਜੋ ਸਮੇਂ ਸਮੇਂ ਦੇ ਨਾਲ ਤਬਦੀਲੀਆਂ ਕੀਤੀਆਂ ਗਈਆਂ ਨੇ, ਸੋ ਇਸ ਵਾਸਤੇ ਮੇਰੇ ਵੱਲੋਂ ਅਤੇ ਗੁਰਦੁਆਰਾ ਦੇ ਸਮੂਹ ਸਟਾਫ ਵੱਲੋਂ ਜਿੰਨੇ ਜਥੇਬੰਦੀ ਦੇ ਸਿੰਘ ਕੰਮ ਕਰ ਰਹੇ, ਸੇਵਾ ਕਰ ਰਹੇ ਨੇ ਇੱਥੇ, ਸਾਰਿਆਂ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਖੁਸ਼ੀਆਂ ਵਰਤਦੀਆਂ ਰਹਿਣ ਅਤੇ ਗੁਰੂ ਨਾਨਕ ਸਾਹਿਬ ਜੀ ਸਾਡੇ ਸਿਰ 'ਤੇ ਮਿਹਰ ਪ੍ਰਿਆਸ ਰੱਖਣ। ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੀਏ, ਗੁਰੂ ਨਾਲ ਜੁੜੇ ਰਹੀਏ, ਪਾਣੀ ਦੇ ਬਾਣੇ ਧਾਰਨੀ ਬਣੇ ਰਹੀਏ। ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਮੁੱਖ ਉਪਦੇਸ਼ ਕੀ ਹੈ, ਕੀ ਆਪਣਾ ਸਿਧਾਂਤ ਹੈ ਗੁਰਦੁਆਰਾ ਸਾਹਿਬ ਦਾ? ਮੁੱਖ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਜੋ ਚਲਾਇਆ ਹੋਇਆ, ਉਸੇ ਨੂੰ ਮਹਾਂਪੁਰਖਾਂ ਨੇ ਅੱਗੇ ਚਲਾਇਆ ਹੈ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਦਸਵਾਂ ਹਿੱਸਾ ਆਪਣਾ ਕਮਾਈ ਦਾ ਗੋਲਕ ਵਿੱਚ ਪਾਇਓ, ਅਤੇ ਜਿਹੜੀ ਗੋਲਕ ਦੀ ਜਿਹੜੀ ਕਮਾਈ ਆ ਉਹ ਗਰੀਬ ਦਾ ਮੂੰਹ, ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ, ਅਤੇ ਉਹਨੂੰ ਆਪਾਂ ਗਰੀਬਾਂ ਵਿੱਚ ਵੰਡਣਾ ਹੈ, ਜਿਹੜੀ ਗੋਲਕ ਦਾ ਪੈਸਾ ਆਪਾਂ ਵਰਤਣਾ ਨਹੀਂ ਹੈ। ਕਿਉਂ ਇਤਿਹਾਸ ਵੀ ਗਵਾਹ ਹੈ, ਦਸਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ
ਕਿੰਨੀ ਮਾਇਆ ਜਿਹੜੀ ਸਤਲੁਜ ਦਰਿਆ ਵਿੱਚ ਰੋੜਤੀ, ਉਹਨਾਂ ਕਿਹਾ ਸੀ ਨਹੀਂ ਇਹ ਨਹੀਂ ਵੀ ਇਹ ਜਿਹੜੇ ਇਹ ਮਾਇਆ ਵਾ ਇਹ ਅਸੀਂ ਮੈਂ ਆਪਣੇ ਸਿੱਖਾਂ ਨੂੰ ਨਹੀਂ ਵਰਤਣ ਵਾਸਤੇ ਦੇਣੀ, ਕਿਉਂ ਜਿਹੜਾ ਦਸਵਾਂ ਦਿਆ ਦਸਵਾਂ ਹਿੱਸਾ ਵਾ ਉਹ ਆਪਣਾ ਵਰਤੋ ਗੁਰੂ ਘਰ ਵਿੱਚ, ਗਰੀਬਾਂ ਦੇ ਕਮਰੇ ਪਾ ਕੇ ਦਿਓ, ਮਕਾਨ ਬਣਾ ਕੇ ਦਿਓ, ਗਰੀਬ ਲੜਕੀਆਂ ਸ਼ਾਦੀਆਂ ਕਰਕੇ ਦਿਓ, ਉਹਨਾਂ ਨੂੰ ਬਸਤਰ ਲੈ ਦਿਓ, ਜੇ ਕੋਈ ਕੋਈ ਬੱਚਾ ਪੜ੍ਹਾਈ ਤੋਂ ਬੈਠਾ ਉਹਨੂੰ ਆਪਾਂ ਪੜ੍ਹਾਈ ਕਰਵਾ ਦਈਏ। ਬਾਬਾ ਜੀ ਵੱਲੋਂ ਇੱਥੋਂ ਕੀ ਉਪਰਾਲੇ ਕੀਤੇ ਜਾ ਰਹੇ ਪਿੰਡ ਦੇ ਵਿੱਚ? ਇੱਥੇ ਪਿੰਡ ਵਿੱਚ 2 ਸਾਲਾਂ ਦੇ ਵਿੱਚ ਨਲਕੇ ਲਾ ਕੇ ਦਿੱਤੇ ਆ, ਅਲੱਗ ਅਲੱਗ ਪਿੰਡਾਂ ਵਿੱਚ ਨਲਕੇ, ਹੈਂਡ ਪੰਪ ਵੱਡੇ ਲਵਾ ਕੇ ਉੱਥੋਂ ਬੰਬੇ ਤੋਂ ਮੰਗਵਾਏ ਸੀ, ਉਹ ਸਾਰੇ ਇਲਾਕੇ ਵਿੱਚ ਬੋਰ ਕਰਕੇ ਉਹ ਚਲਾਏ ਨੇ। ਅਤੇ ਹੋਰ ਵੀ ਉਪਰਾਲੇ ਜਿਵੇਂ ਹੁਣ ਲੜਕੀਆਂ ਸ਼ਾਦੀਆਂ ਮਤਲਬ ਕਰਦੇ ਸਾਲ ਵਿੱਚ 2 ਵਾਰਾਂ, ਅਤੇ ਕੋਈ ਇਲਾਜ ਤੋਂ ਬੈਠਾ ਇਲਾਜ ਕਰਵਾ ਕੇ ਦਿੰਦੇ ਆ ਮਹਾਂਪੁਰਖ। ਅਤੇ ਇਹ ਗੋਲਕ ਦੀ ਮਾਇਆ ਜਿਹੜੀ ਇਸ ਗੁਰਦੁਆਰਾ ਖੜੇ ਦੇ ਖਾਲਸੇ ਦੀ ਮਾਇਆ ਨਾ ਗੋਲਕ ਦੀ, ਉਹ ਇੱਥੇ ਨਹੀਂ ਵਰਤੀ ਜਾਂਦੀ, ਉਹ ਸਾਰੀ ਮਾਇਆ ਇਸੇ ਤਰੀਕੇ ਨਾਲ ਹੀ ਮਤਲਬ ਗਰੀਬ ਲੋੜਵੰਦਾਂ ਦੇ ਵਿੱਚ ਹੀ ਵੰਡੀ ਜਾਂਦੀ ਹੈ ਜੀ। ਇਹ ਉਪਰਾਲੇ ਮਹਾਂਪੁਰਖਾਂ ਦੇ ਨੇ। ਕੋਈ ਅਕੈਡਮੀ ਵਗੈਰਾ ਵੀ ਚਲਾਈ ਜਾ ਰਹੀ ਇੱਥੇ ਬਾਬਾ ਜੀ ਦੇ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਵਿੱਚ? ਹਾਂਜੀ ਹਾਂਜੀ, ਬਾਬਾ ਧੰਨਾ ਸਿੰਘ ਜੀ ਦੇ ਨਾਂ 'ਤੇ ਗੁਰਮਤਿ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਵਿੱਚ 75 ਬੱਚੇ ਜਿਹੜੇ ਉਹ ਸਿਖਲਾਈ ਲੈ ਰਹੇ ਨੇ, ਗੁਰਬਾਣੀ ਸੰਥਿਆ ਗਤਕੇ ਦੀ ਸੰਥਿਆ ਲੈ ਰਹੇ ਨੇ, ਅਤੇ ਕੀਰਤਨ ਕਵੀਸ਼ਰੀ ਤਬਲਾ ਵਾਦਕ, ਇਸ ਵਾਸਤੇ ਇਹ ਸਾਰੀਆਂ ਇਹ ਸੰਸਥਾ ਸੰਥਿਆ ਲੈ ਰਹੇ ਨੇ, ਇਹ ਸਾਰੇ ਜਿਹੜੇ ਉਪਰਾਲੇ ਮਹਾਂਪੁਰ ਕਰ ਰਹੇ ਨੇ। ਗੁਰੂ ਨਾਨਕ ਪੁਰਬ ਦੇ ਮੌਕੇ 'ਤੇ ਤੁਸੀਂ ਕੀ ਉਪਦੇਸ਼ ਦੇ ਸੰਗਤਾਂ ਨੂੰ? ਇਹ ਉਪਦੇਸ਼ ਵੇਖੋ, ਜਿਸ ਤਰ੍ਹਾਂ ਹੁਣ ਆਪਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਨਾ, ਤਾਂ ਪਿਤਾ ਕਲਿਆਣ ਦਾਸ ਜੀ ਨੇ ਵੇਖੋ ਬੜੀਆਂ ਖੁਸ਼ੀਆਂ ਕੀਤੀਆਂ ਸੀ, ਸਾਰੇ ਪਰਿਵਾਰ ਨੇ ਰਲ ਕੇ ਗਰੀਬਾਂ ਨੂੰ ਵਸਤਰ ਵੰਡੇ ਸੀ, ਮਠਿਆਈਆਂ ਵੰਡੀਆਂ, ਹੋਰ ਵਸਤੂ ਵੀ ਸਾਰਿਆਂ ਨੂੰ ਵੰਡ ਕੇ ਅਤੇ ਖੁਸ਼ ਕੀਤਾ ਸੀ। ਸੋ ਇਸ ਸਥਾਨ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੀ ਸੰਗਤ ਨੂੰ ਕਿ ਅੱਜ ਅਸੀਂ ਸਿਰਫ ਲੰਗਰ ਹੀ ਲਾਉਣੇ ਲਾ ਸਕਦੇ ਹਾਂ, ਜਾਂ ਮਤਲਬ ਵੱਡੀਆਂ ਵੱਡੀਆਂ ਇਮਾਰਤਾਂ ਹੀ ਖੜੀਆਂ ਕਰਨ ਦਾ ਸਾਨੂੰ ਪਤਾ ਲੱਗ ਗਿਆ, ਹੋਰ ਕੋਈ ਗੱਲ ਨਹੀਂ। ਗੁਰੂ ਨਾਨਕ ਸਾਹਿਬ ਦਾ ਜੋ ਮਿਸ਼ਨ ਹੈ ਅਸੀਂ ਉਸਨੂੰ ਅੱਗੇ ਲੈ ਕੇ ਆਈਏ, ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਹੁਣ 550ਵਾਂ ਪ੍ਰਕਾਸ਼ ਜਿਹੜਾ ਹੁਣ ਆਪਾਂ ਮਨਾ ਲਿਆ ਹੈ, 550ਵਾਂ ਅਗਲੇ ਸਾਲ ਆਉਣਾ 2019 'ਚ। ਸੋ ਕਹਿਣ ਦਾ ਭਾਵ ਹੈ ਕਿ ਆਪਾਂ ਅਗਲੇ ਸਾਲ ਇਸ ਤਰ੍ਹਾਂ ਉਪਰਾਲੇ ਕਰੀਏ ਕਿ ਉਸ ਸਾਲ ਦੇ ਵਿੱਚ ਕੋਈ ਗਰੀਬ ਕੋਈ ਜਿਹੜਾ ਵਾ ਛੱਤ ਤੋਂ ਬਿਨਾਂ ਨਾ ਰਹੇ, ਹਰ ਇੱਕ ਗਰੀਬ ਦੇ ਸਿਰ 'ਤੇ ਛੱਤ ਹੋਵੇ, ਹਰ ਇੱਕ ਗਰੀਬ ਦੀ ਲੜਕੀ ਕੋਈ ਆਨੰਦ ਕਾਰਜ ਤੋਂ ਬਿਨਾਂ ਨਾ ਉਹਨੂੰ ਸਮਾਨ ਪੂਰਾ ਆਪਾਂ ਦੇ ਸਕੀਏ, ਕੋਈ ਗਰੀਬ ਦਵਾਈ ਜਾਂ ਇਲਾਜ ਤੋਂ ਬਿਨਾਂ ਨਾ ਰਹਿ ਸਕੇ, ਇਹ ਨਾ ਵੀ ਇਲਾਜ ਤੋਂ ਬਿਨਾਂ ਕੋਈ ਗਰੀਬ ਦੀ ਮੌਤ ਹੋ ਜਾਵੇ। ਇਸ ਕਰਕੇ ਇਹ ਉਪਰਾਲੇ ਸਾਡਾ ਫਰਜ਼ ਬਣਦਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਅੱਜ ਇਹ ਵੀ ਅਸੀਂ ਕਰਨ ਲਈਏ, ਇਹ ਨਹੀਂ ਵੀ ਅਸੀਂ ਸਾਲ ਇੱਕ ਪੂਰਾ ਸਮਾਗਮ ਕਰਨੇ ਨੇ, ਜ਼ਰੂਰੀ ਨੇ ਸਮਾਗਮ, ਸਿੱਖ ਧਰਮ ਵਿੱਚ ਜ਼ਰੂਰੀ ਨੇ, ਪ੍ਰਚਾਰ ਜ਼ਰੂਰੀ ਹੈ, ਪਰ ਸਾਡੇ ਧਰਮ ਦਾ ਪ੍ਰਚਾਰ ਇਹ ਵੀ ਜ਼ਰੂਰੀ ਹੈ ਕਿ ਇਹ ਇਸ ਚੀਜ਼ ਨੂੰ ਅਸੀਂ ਅੱਗੇ ਲਿਆਉਣਾ ਹੈ ਭਾਈ। ਇਸ ਵਾਸਤੇ ਮੇਰਾ ਮੈਸੇਜ ਹੈ ਜੀ, ਇੰਨੀਆਂ ਗੱਲਾਂ ਕਰਦੇ ਹੋਏ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਇਸ 3 ਦਿਨਾਂ ਸਾਲਾਨਾ ਸਮਾਗਮ ਵਿੱਚ ਕਬੱਡੀ ਮੈਚ ਕਰਵਾਏ ਗਏ, ਜਿਸ ਵਿੱਚ ਨਾਮਵਰ ਖਿਡਾਰੀ ਨੇ ਭਾਗ ਲਿੱਤਾ। ਇਹਨਾਂ ਤੋਂ ਇਲਾਵਾ ਇਸ ਕਬੱਡੀ ਮੈਚ ਵਿੱਚ ਲੜਕੇ ਲੜਕੀਆਂ ਅਤੇ ਬਜ਼ੁਰਗਾਂ ਨੇ ਵੀ ਭਾਗ ਲਿਆ। ਉਪਰੰਤ ਗੁਰਦੁਆਰਾ ਖੜੇ ਦਾ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਉਹਦੇ ਹਜੇ ਦਿਮਾਗ ਤਾਂ ਵੀ ਤੜਾ ਖੁੱਲਾ ਹੋ ਸਕਦਾ ਹੈ। ਬੇਨਤੀ ਹੈ ਕਬੱਡੀ ਦੀਆਂ ਟੀਮਾਂ ਦੇ ਵੀਰ ਹੈ, ਉਹਨਾਂ ਨੇ ਗੰਦਾ ਨਾ ਮੋਟਰਸਾਈਕਲ ਖਿੱਚਣਾ ਜਾਂ ਕੰਨਾਂ ਦਾ ਖਿੱਚਣਾ, ਉਹਦਾ ਜ਼ਰੂਰ ਮਾਨ ਸਨਮਾਨ ਕਰਨਾ ਹੈ, ਕੰਨਾਂ ਦਾ ਮੋਟਰਸਾਈਕਲ ਉਹਨੇ ਖਿੱਚਣਾ ਹੈ। ਵੱਡਾ ਧੰਨਵਾਦ ਹੈ, ਜ਼ਰੂਰ ਮਾਨ ਸਨਮਾਨ ਇਹਦਾ ਤੁਸੀਂ ਕਰਨਾ ਹੈ, ਕਿਉਂਕਿ ਬੜੇ ਪਰਿਵਾਰ ਹੈ ਜਿਹਨਾਂ ਦੀ ਰੋਜ਼ੀ ਰੋਟੀ ਉਹਨਾਂ ਖੇਡਾਂ ਤੋਂ ਚੱਲਦੀ ਹੈ, ਕਿਉਂਕਿ ਚੰਦਰੇ ਢਿੱਡ ਦੇ ਲਈ ਬਹੁਤ ਆਏ ਕਮੀ ਰਹੀ। ਵਾਹ, ਇਹਦਾ ਉਹ ਹਾਲ ਕੀਤਾ ਜਿਵੇਂ ਵਿਆਹ ਵਾਲੇ ਘਰੇ ਨੀ ਦੌੜ ਕੇ ਸੱਜ ਸਾ ਕਰਦੇ ਆ। ਸ਼ਾਹ ਸਾਹਿਬ ਵੀ ਪੂਰਾ ਤਾਰਾ ਤਾਰੂ ਦਿੱਤਾ ਕਰਦਾ ਗੁੱਸੇ ਵਾਲਿਆ, ਕਰਦੇ ਤਾਰੂ ਨਹੀਂ ਹੁੰਦਾ। ਵਾਹ, ਇਹਨੂੰ ਰਹਿਣ ਤਾਂ ਯਾਰ, ਇਹਨੂੰ ਮੈਂ ਪਹਿਲਾਂ ਪੁੱਛਿਆ, ਮੈਂ ਕਿਹਾ ਚਾਹ ਪੀ ਤੇਰੇ ਵਾਸਤੇ ਮੈਂ ਲੈ ਕੇ ਆਊਂ ਗੇਟ ਤੋਂ ਬਾਅਦ, ਇਹਨਾਂ ਦੇ ਚਾਹ ਨੇ ਹੁਣ ਚੱਲ ਰਹੇ ਸੀ, ਬੰਦਾ ਹੀ ਪਹਿਲਾਂ ਵੀ ਇਹਨੂੰ ਕਿਹਾ ਸੀਗਾ ਕਹਿੰਦਾ ਮੈਂ ਗੇਟ ਤੋਂ ਬਾਅਦ ਲੈ ਕੇ ਆਊਂਗਾ। ਹਾਂਜੀ ਵੀਰ ਜੀ, ਉਧਰ ਜਿਹੜਾ ਕੈਨਾਡਾ ਮੋਟਰਸਾਈਕਲ ਖਿੱਚ ਰਿਹਾ ਵੀ ਉਦੋਂ ਜ਼ਰੂਰ ਮਾਨ ਸਨਮਾਨ ਤੁਸੀਂ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਖੜੇ ਦਾ ਖਾਲਸਾ ਕੂਹ ਭਾਈ ਧੰਨਾ ਸਿੰਘ ਜੀ, ਬਾਬਾ ਧੰਨਾ ਸਿੰਘ ਜੀ ਜੋ ਦਸ਼ਮੇਸ਼ ਪਿਤਾ ਦੇ ਘੋੜਿਆਂ ਦੇ ਕਾਈ ਸਨ, ਉਹਨਾਂ ਦੀ ਪਵਿੱਤਰ ਯਾਦ ਅੰਦਰ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੈ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਸਤਨਾਮ ਸਿੰਘ ਜੀ ਜੋ ਮੁਖੀ ਨੇ ਗੁਰਦੁਆਰਾ ਖੜੇ ਦੇ ਖਾਲਸੇ ਦੇ, ਉਹ ਮਹਾਂਪੁਰਖ ਵੱਡੀਆਂ ਸੇਵਾਵਾਂ ਇੱਥੇ ਨਿਭਾ ਰਹੇ ਨੇ। ਉਹਨਾਂ ਵੱਲੋਂ ਹਰ ਸਾਲ ਹੀ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਲੈ ਕਰਕੇ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਜਾਂਦਾ। ਹਰ ਸਾਲ ਇੱਕ ਮਹੀਨਾ ਪਹਿਲਾਂ ਸੁਖਮਨੀ ਸਾਹਿਬ ਦੇ ਜਾਪ ਗੁਰੂ ਦੀਆਂ ਸੰਗਤਾਂ ਦੁਆਰਾ ਨਿੱਤ ਰੋਜ਼ਾਨਾ ਕਰਵਾਏ ਜਾਂਦੇ ਨੇ। ਉਹਨਾਂ ਵੱਲੋਂ ਇੱਕ ਮਹੀਨਾ ਪਹਿਲਾਂ ਹੀ ਇਸ ਗੁਰਪੁਰਬ ਨੂੰ ਮਨਾਉਣ ਦੀਆਂ ਜੋ ਸੇਵਾਵਾਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ, ਅਤੇ ਜਿਸ ਦਿਨ ਗੁਰਪੁਰਬ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ ਹੈ, ਉਸ ਦਿਨ ਇੱਕ ਵੱਡਾ ਮਹਾਨ ਉਪਰਾਲਾ
ਜੋ ਕਿਉਂਕਿ ਇਹ ਕਵੀ ਬਾਬਾ ਧੰਨਾ ਸਿੰਘ ਜੀ ਦਾ ਅਸਥਾਨ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਯਾਦ ਦੇ ਅੰਦਰ ਪ੍ਰਕਾਸ਼ ਪੁਰਬ ਨੂੰ ਲੈ ਕਰਕੇ ਕਵੀ ਦਰਬਾਰ ਕਰਾਇਆ ਜਾਂਦਾ ਹੈ। ਬਹੁਤ ਉੱਚ ਕੋਟੀ ਦੇ ਕਵੀਆਂ ਨੂੰ ਸੱਦ ਕੇ ਇੱਥੇ ਉਹਨਾਂ ਕੋਲੋਂ ਗੁਰੂ ਦੀਆਂ ਸੰਗਤਾਂ ਨੂੰ ਕਵਿਤਾ ਦੁਆਰਾ ਹੋਰ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਨੂੰ ਜਿਹੜਾ ਉਹ ਗੁਰੂ ਦੀਆਂ ਸੰਗਤਾਂ ਤੱਕ ਪਹੁੰਚਾਇਆ ਜਾਂਦਾ ਹੈ। ਬਹੁਤ ਵੱਡਾ ਇੱਕ ਮਹਾਨ ਉਪਰਾਲਾ ਹੈ ਇਹ ਜਿਹੜਾ ਐਰਕੀ ਵਾਰ ਗੁਰਪੁਰਬ ਅਸੀਂ ਮਨਾ ਰਹੇ ਹਾਂ। ਇਹ ਗੁਰੂ ਨਾਨਕ ਪਾਤਸ਼ਾਹ ਦੇ ਜੋ 550 ਸਾਲਾ ਸ਼ਤਾਬਦੀ ਪ੍ਰੋਗਰਾਮ 2019 ਵਿੱਚ ਆ ਰਿਹਾ ਉਹਨੂੰ ਸਮਰਪਿਤ ਸ਼ੁਰੂਆਤ ਹੈ। ਬਾਬਾ ਜੀ ਵੱਲੋਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਗਿਆ ਕਿ ਇਹ ਜਿਹੜਾ ਗੁਰਪੁਰਬ ਹੈ ਸ਼ਤਾਬਦੀ ਜਿਹੜੀ ਆ ਇਹਨੂੰ ਆਪਾਂ ਵੱਡੀ ਪੱਧਰ 'ਤੇ ਜਿੱਥੇ ਸੁਲਤਾਨਪੁਰ ਲੋਧੀ ਵਿੱਚ ਸਾਰਾ ਸਿੱਖ ਜਗਤ ਨੇ ਮਨਾਉਣੀ ਆ ਉੱਥੇ ਆਪਾਂ ਆਪਣੇ ਗੁਰਦੁਆਰਾ ਸਾਹਿਬਾਨ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਉਹਨਾਂ ਨੇ ਗੁਰਦੁਆਰਾ ਸਾਹਿਬਾਨ ਪਿੰਡਾਂ ਦੇ ਵਿੱਚ ਬਣਾਏ ਨੇ ਉੱਥੇ ਗੁਰੂ ਦੀਆਂ ਸੰਗਤਾਂ ਦੇ ਵਿੱਚ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਪਹੁੰਚਾਉਣ ਵਾਸਤੇ ਬਹੁਤ ਵੱਡਾ ਮਹਾਨ ਉਪਰਾਲਾ ਕਰਕੇ ਸਮਾਗਮ ਜਿਹੜੇ ਨੇ ਉਹ ਨਿਰੰਤਰ ਜਾਰੀ ਰਹਿਣੇ ਨੇ। ਗੁਰੂ ਨਾਨਕ ਪਾਤਸ਼ਾਹ ਦੀਆਂ ਪਵਿੱਤਰ ਸਿੱਖਿਆਵਾਂ ਜਿਹੜੀਆਂ ਨੇ ਉਹ ਗੁਰੂ ਦੀਆਂ ਸੰਗਤਾਂ ਵਿੱਚ ਉਪਦੇਸ਼ ਉਹਨਾਂ ਦਾ ਜਿਹੜਾ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਉਹਨੂੰ ਲੈ ਕਰਕੇ ਇਹ ਉਪਦੇਸ਼ ਨੂੰ ਬਾਬਾ ਜੀ ਨੇ ਬਹੁਤ ਵੱਡਾ ਮਹਾਨ ਉਪਰਾਲਾ ਜਿਹੜਾ ਕੀਤਾ ਹੈ। ਸੋ ਗੁਰੂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਸ਼ਾਮਿਲ ਹੋ ਕਰਕੇ ਬਹੁਤ ਵੱਡਾ ਗੁਰੂ ਦੀਆਂ ਸੰਗਤਾਂ ਨੇ ਲਾਹਾ ਲਿਆ ਹੈ। ਹਰ ਰੋਜ਼ਾਨਾ ਇੱਥੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੁਖਮਨੀ ਸਾਹਿਬ ਦੇ ਪਾਠਾਂ ਦੀਆਂ ਹਾਜ਼ਰੀਆਂ ਭਰੀਆਂ। ਉਪਰੰਤ ਬਾਬਾ ਜੀ ਵੱਲੋਂ ਬਹੁਤ ਵੱਡਾ ਇੱਕ ਖੇਡਾਂ ਪ੍ਰਤੀ ਜੋ ਇੱਕ ਬਹੁਤ ਵੱਡੀ ਸਾਡੇ ਅੰਦਰ ਸਮਾਜ ਸੇਵਾ ਦਾ ਜੇ ਕਹਿ ਲਈਏ ਉਪਰਾਲਾ ਬਾਬਾ ਜੀ ਨੇ ਕੀਤਾ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਜਾਏ, ਉਹਨਾਂ ਦੇ ਅੰਦਰ ਖੇਡਾਂ ਦੀ ਭਾਵਨਾ ਪੈਦਾ ਕੀਤੀ ਜਾਏ ਅਤੇ ਕਬੱਡੀ ਦੇ ਜਿਹੜੇ ਮੈਚ ਨੇ ਉਹ ਇੱਥੇ ਕਰਵਾਏ ਨੇ ਬਾਬਾ ਜੀ ਨੇ। ਮੈਂ ਸਮਝਦਾ ਬਾਬਾ ਜੀ ਵੱਲੋਂ ਇਹ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਬਹੁਤ ਵੱਡੀਆਂ ਸੇਵਾਵਾਂ ਨੇ। ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਬਾਬਾ ਜੀ ਇਹ ਮਹਾਨ ਕਾਰਜ ਕਰਦੇ ਰਹਿਣ ਕਿ ਗੁਰੂ ਦੀਆਂ ਸੰਗਤਾਂ ਜਿਹੜੀਆਂ ਗੁਰੂ ਘਰ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚੋਂ ਲਾਹਾ ਲੈਂਦੀਆਂ ਰਹਿਣ। ਇਹਨਾਂ ਲਫਜ਼ਾਂ ਦੇ ਨਾਲ ਹੀ ਮੈਂ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਗੁਰਦੁਆਰਾ ਖੜੇ ਦਾ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਵੱਲੋਂ ਚਲਾਈ ਜਾ ਰਹੀ ਅਕੈਡਮੀ ਭਾਈ ਤੰਨਾ ਸਿੰਘ ਜੀ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਸਮਾਗਮ ਵਿੱਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਜੋ ਗੁਰਦੁਆਰਾ ਖੜੇ ਦਾ ਖਾਲਸਾ ਜਥੇਬੰਦੀ ਦੇ ਮੁਖੀ ਨੇ ਉਹਨਾਂ ਦੀ ਰਹਿਨਮਾਈ ਥੱਲੇ ਅਸੀਂ ਇੱਕ ਮਹੀਨੇ ਤੋਂ ਲਗਾਤਾਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੇਰੇ ਵੀਰਾਂ ਨੇ, ਮੇਰੀਆਂ ਭੈਣਾਂ ਨੇ, ਮੇਰੀਆਂ ਬੱਚੀਆਂ ਨੇ ਲਗਾਤਾਰ ਬਿਨਾਂ ਨਾਗਾ ਇੱਕ ਮਹੀਨਾ ਸੁਖਮਨੀ ਸਾਹਿਬ ਦੇ ਜਾਪ ਕਰਕੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਖੰਡ ਪਾਠ ਆਰੰਭ ਹੋਏ ਨੇ, ਜਿਨ੍ਹਾਂ ਦੇ ਹੁਣੇ ਸ਼ਾਮੀ ਭੋਗ ਪਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਦੁਆਰਾ ਸਾਹਿਬ, ਗੁਰਦੁਆਰਾ ਖੜੇ ਦਾ ਖਾਲਸਾ, ਖੂਹ ਭਾਈ ਧੰਨਾ ਸਿੰਘ ਜੀ ਦਾ ਪਵਿੱਤਰ ਸਥਾਨ ਹੈ, ਜੋ ਤਰਨ ਤਾਰਨ ਦੇ ਵਿੱਚ ਨਿਸ਼ਹਿਰਾ ਪਨੂਆ ਵਿਖੇ ਸਥਿਤ ਹੈ। ਗੁਰੂ ਪਿਆਰੀ ਸਾਧ ਸੰਗਤ ਇੱਥੋਂ ਦੇ ਸੰਚਾਲਕ ਮੁਖੀ ਬਾਬਾ ਸਤਨਾਮ ਸਿੰਘ ਜੀ ਵੱਲੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ, ਜਿਨ੍ਹਾਂ ਦੇ ਵਿੱਚ ਹਜ਼ਾਰਾਂ ਹੀ ਸੰਗਤਾਂ ਨੇ ਭਾਗ ਲਏ, ਸੁਖਮਨੀ ਸਾਹਿਬ ਦੇ ਜਾਪ ਕੀਤੇ। ਉਪਰੰਤ 24 ਤਰੀਕ ਰਾਤ ਨੂੰ ਕਵੀ ਦਰਬਾਰ ਕਰਾਇਆ ਗਿਆ, ਕਿਉਂਕਿ ਭਾਈ ਧੰਨਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਦੇ ਘਾਈਏ ਸਿੰਘ ਹੋਏ ਨੇ। ਇਹਨਾਂ ਨੇ ਚੰਦਨ ਕਵੀ ਦੀ ਜੋ ਕਵਿਤਾ ਲਿਖੀ ਸੀ ਉਹਦੇ ਅਰਥ ਕਰਕੇ ਅਤੇ ਕਵੀ ਰਾਜ ਹੋਣ ਦਾ ਮਾਣ ਪ੍ਰਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਘਰ ਤੋਂ ਭਾਈ ਸਾਹਿਬ ਨੂੰ ਹੋਇਆ ਸੀਗਾ। ਗੁਰੂ ਨਾਨਕ ਸਾਹਿਬ ਜੀ ਨੇ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਰਲ ਮਿਲ ਕੇ ਮਨਾਇਆ ਹੈ। ਗੁਰੂ ਨਾਨਕ ਸਾਹਿਬ ਐਸੇ ਰਹਿਬਰ ਹੋਏ ਨੇ ਜੋ ਸਾਰੇ ਹੀ, ਜੋ ਉੱਚਾ ਨੀਵਾਂ ਥਾਂ ਦੂਰ ਦਰੇਡੇ ਜਿੰਨੇ ਵੀ ਲੋਕ ਵੱਸਦੇ ਸਾਰਿਆਂ ਦੇ ਰਹਿਬਰ ਸਾਂਝੇ ਸੀ। ਉਹਨਾਂ ਨੇ ਇਸ ਸੰਸਾਰ ਵਿੱਚ ਆ ਕੇ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਵਿੱਚ ਸ਼ੁਰੂ ਤੋਂ ਹੀ ਜੋ ਇਹ ਪਖੰਡ ਸੀ ਉਸ ਸਮੇਂ ਜੋ ਜਿਹਨੂੰ ਆਪਾਂ ਕਹਿ ਸਕਦੇ ਹਾਂ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਗ ਧੁੰਦ ਜਗ ਚਾਨਣ ਹੋਇਆ, ਧੁੰਦ ਜਿਹੜੀ ਅਗਿਆਨਤਾ ਦੀ ਹੋ ਚੁੱਕੀ ਸੀ ਉਹਨੂੰ ਦੂਰ ਕਰਨ ਵਾਸਤੇ ਸਾਹਿਬਾਂ ਨੇ ਛੋਟੇ ਬਾਲ ਅਵਸਥਾ ਤੋਂ ਹੀ ਜਦੋਂ ਪਾਂਧੇ ਪਾਸ ਭੇਜਿਆ ਗਿਆ ਅਤੇ ਉਹਨਾਂ ਨੂੰ ਊੜੇ ਦੇ ਇੱਕ ਅੱਖਰ ਦੇ ਅਰਥ ਪੁੱਛੇ ਤਾਂ ਉਸ ਗੱਲ 'ਚ ਫੇਲ ਹੋਇਆ, ਉਹਦੀ ਕਿਰਤ ਵਿੱਚੋਂ ਇਹਨੂੰ ਗਿਆਨ ਦਿੱਤਾ। ਅਤੇ ਪਾਂਧਾ ਜੀ ਨੇ ਮਹਿਤਾ ਕਾਲੂ ਜੀ ਨੂੰ ਦੱਸਿਆ ਵੀ ਇਹ ਤਾਂ ਧੁਰ ਤੋਂ ਹੀ ਪੜ੍ਹੇ ਹੋਏ ਨੇ, ਇਹਨਾਂ ਨੂੰ ਪੜ੍ਹਾਉਣ ਦੀ ਲੋੜ ਨਹੀਂ, ਇਹਨਾਂ ਤੋਂ ਜੋ ਪੜ੍ਹਨਾ ਹੈ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਜੇ ਪੰਡਿਤ ਦਿਆਲ ਨੇ ਜਨੇਊ ਦੀ ਗੱਲ ਕੀਤੀ ਤਾਂ ਸਤਿਗੁਰੂ ਜੀ ਦੱਸਿਆ ਵੀ ਇਹ ਜਨੇਊ ਦਾ ਭਾਵ ਦੱਸੋ, ਇਹ ਜਦੋਂ ਮੈਲਾ ਹੋ ਜਾਏਗਾ ਤਾਂ ਕੀ ਕਰਨਾ ਹੈ, ਜੇ ਜਲ ਜਾਏਗਾ ਨਾਲ ਚਲੇ ਜਾਏਗਾ ਦਰਗਾਹ ਦੇ ਵਿੱਚ। ਉਹਦਾ ਜਦੋਂ ਜਵਾਬ ਨਾ ਆਇਆ, ਸਤਿਗੁਰੂ ਜੀ ਨੇ ਸ਼ਬਦ ਦੇ ਵਿੱਚ ਕਿਹਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਉਹਨੂੰ ਸਿੱਖਿਆ ਦਿੱਤੀ ਉਹਦੇ ਜਨੇਊ 'ਚੋਂ ਵੀ ਇਹ ਜਨੇਊ ਇੱਥੇ ਜਲ ਜਾਣਾ, ਇਹ ਨਾਲ ਨਹੀਂ ਜਾਣਾ, ਤੂੰ ਤਾਂ ਸਵਰਗਾਂ ਦੇ ਲਾਰੇ ਲਾਉਣਾ ਹੈ ਵੀ ਇਹਨੂੰ ਪਹਿਨ ਕੇ ਸਵਰਗ ਵਿੱਚ ਚਲੇ ਜਾਂਦਾ, ਮੁਕਤੀ ਹੋ ਜਾਂਦੀ, ਇਹ ਝੂਠੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਸੱਚ ਦੀ ਆਵਾਜ਼। ਜੇ ਸਤਿਗੁਰੂ ਜੀ ਹਰਿਦੁਆਰ ਗਏ ਉੱਥੇ ਪੰਡਤਾਂ ਦੇ ਕਹੇ ਅਨੁਸਾਰ ਸੰਗਤਾਂ ਜਿਹੜੀਆਂ ਸੀਗੀਆਂ ਉਹ ਸੂਰਜ ਨੂੰ ਪਾਣੀ ਪਾ ਰਹੀਆਂ ਸੀ, ਸਤਿਗੁਰੂ ਜੀ ਨੇ ਲਹਿੰਦੇ ਬੰਨੇ ਨੂੰ ਪਾਣੀ ਸ਼ੁਰੂ ਕਰਤਾ, ਉਹਦੀ ਕਿਰਤ ਵਿੱਚੋਂ ਗਿਆਨ ਦਿੱਤਾ। ਉਹਨਾਂ ਕਿਹਾ ਜੀ ਤੁਹਾਡਾ ਪਾਣੀ ਜਿਹੜਾ ਇਹ ਕਿਸ ਤਰ੍ਹਾਂ ਕਰਤਾਰਪੁਰ ਦੀ ਧਰਤੀ 'ਤੇ ਜਾਵੇਗਾ, ਉਹਨਾਂ ਗਾੜੀਓਂ ਕਿਰਤ 'ਚੋਂ ਜਵਾਬ ਦਾ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ ਹੈ ਅਤੇ ਮੇਰਾ ਪਾਣੀ ਇੱਥੇ ਮੇਰੀ ਖੇਤੀ ਸੁੱਕਰੀ ਉਸ ਤੱਕ ਨਹੀਂ ਜਾ ਸਕਦਾ। ਜੇ ਸਤਿਗੁਰੂ ਜੀ ਸੁਲਤਾਨਪੁਰ ਵਿੱਚ ਗਏ ਉੱਥੇ ਜਾ ਕੇ ਮੋਦੀਖਾਨਾ ਕੀਤਾ ਅਤੇ ਉੱਥੋਂ ਦੇ ਨਵਾਬ ਨੇ ਕਿਹਾ ਵੀ ਜੇ ਤੁਸੀਂ ਹਿੰਦੂ ਅਤੇ ਮੁਸਲਮਾਨਾਂ ਦੇ ਸਾਂਝੇ ਜੇ ਅਤੇ ਫਿਰ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੋ। ਉਹਨਾਂ ਦੀ ਕਿਰਤ ਵਿੱਚ ਉਹਨਾਂ ਨੂੰ ਸਿੱਖਿਆ ਦਿੱਤੀ। ਜਦੋਂ ਨਮਾਜ਼ ਪੜ੍ਹਨ ਲੱਗੇ ਕਾਜੀ ਅਤੇ ਨਵਾਬ ਜੀ ਨਮਾਜ਼ ਪੜ੍ਹ ਰਹੇ ਨੇ, ਸਤਿਗੁਰੂ ਜੀ ਸਿੱਧੇ ਖੜ੍ਹੇ ਨੇ, ਨਮਾਜ਼ ਪੜ੍ਹਨ ਤੋਂ ਬਾਅਦ ਉਹਨਾਂ ਕਿਹਾ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਉਹਨਾਂ ਕਿਰਤ ਵਿੱਚੋਂ ਸਿੱਖਿਆ ਦੇ ਕੇ ਕਿਹਾ ਵੀ ਨਮਾਜ਼ ਕਿਹਦੇ ਨਾਲ ਪੜ੍ਹਦੇ? ਨਵਾਬ ਜੀ ਤੁਸੀਂ ਤਾਂ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ। ਉਹਨਾਂ ਕਿਹਾ ਜੀ ਮੈਂ ਘੋੜੇ ਖਰੀਦ ਰਿਹਾ ਸੀ ਅਤੇ ਕਾਜੀ ਨਾਲ ਪੜ੍ਹ ਰਹੇ ਸੀ। ਉਹਨੇ ਕਿਹਾ ਕਾਜੀ ਜੀ ਤਾਂ ਆਪਣੀ ਵਛੇਰੀ ਜਿਹੜੀ ਘੋੜੀ ਸੂਈ ਉਹ ਪਿੱਛੇ ਟੋਏ 'ਚ ਡਿੱਗ ਪੈਣੀ, ਉੱਧਰ ਧਿਆਨ ਸੀ। ਜਿੱਥੇ ਜਿੱਥੇ ਵੀ ਮੇਰੇ ਸਤਿਗੁਰ ਗਏ, ਜੋਗੀਆਂ ਪਾਸ ਗਏ, ਜੋਗੀਆਂ ਦੀ ਕਿਰਤ ਵਿੱਚੋਂ ਸੇਧ ਦੇ ਗਈ, ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ। ਆਖਰੀ ਪੰਕਤੀ ਵਿੱਚ ਦੱਸਿਆ ਨਾਨਕ ਜੀਵਤਿਆਂ ਮਰ ਰਹੀਏ ਐਸਾ ਜੋ ਕਮਾਈਏ, ਵਾਜੇ ਬਾਜੋ ਸਿੰਘੀ ਬਾਜੇ ਤੇ ਨਰਭਉ ਪਦ ਬਾਈਏ। ਉਹਨਾਂ ਦੀ ਕਿਰਤ ਵਿੱਚੋਂ ਗਿਆਨ ਦਿੱਤਾ। ਐਸੇ ਸਤਿਗੁਰ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਦਿਹਾੜਾ, ਬਾਬਾ ਜੀ ਨੇ ਬੜੇ ਉਪਰਾਲੇ ਕੀਤੇ ਨੇ, ਉਹ ਬੜੇ ਇਸ ਸਿੱਖ ਸੰਗਤਾਂ ਵਾਸਤੇ ਜਿਹੜੀ ਗੋਲਕ ਆ ਗੁਰੂ ਸਾਹਿਬ ਗਾੜੀ ਉਹਨੂੰ ਗਰੀਬ ਦਾ ਮੂੰਹ ਦੱਸਿਆ ਹੈ। ਜਿੰਨੀਆਂ ਵੀ ਇੱਥੇ ਸੇਵਾਵਾਂ ਬਾਬਾ ਜੀ ਕਰ ਰਹੇ ਨੇ ਸ਼ਲਾਘਾਯੋਗ ਨੇ, ਉਹਨਾਂ ਸੰਗਤਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਾਬਾ ਜੀ ਦਾ ਸਾਥ ਦਿੱਤਾ ਇਸ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ।
ਬਾਬਾ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਹੜੇ ਸੰਗਤਾਂ ਨੂੰ ਉਸ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਜੋੜਦੇ ਨੇ। ਮੈਂ ਧੰਨਵਾਦੀ ਹਾਂ ਸਭ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਵਾਲਿਆਂ ਦਾ, ਸਮੁੱਚੀ ਮੈਨੇਜਮੈਂਟ ਦਾ, ਸਮੁੱਚੇ ਦਰਦੀ ਪਰਿਵਾਰ ਦਾ, ਜਿਹੜੀਆਂ ਜਿਨ੍ਹਾਂ ਨੇ ਐਡੀਆਂ ਐਡੀਆਂ ਮੱਲਾਂ ਇਸ ਜਗਤ ਦੇ ਵਿੱਚ ਮਾਰੀਆਂ ਕਿ ਗੁਰੂ ਨਾਨਕ ਸਾਹਿਬ ਦਾ ਪੈਗਾਮ ਜਿਹੜਾ ਹੈ ਉਹ ਘਰ ਤੱਕ ਪਹੁੰਚਾਇਆ ਹੈ। ਇਹ ਬੜਾ ਵੱਡਾ ਉਦਮ ਹੈ। ਅੰਮ੍ਰਿਤ ਵੇਲੇ ਤੋਂ 2 ਵਜੇ ਤੋਂ ਹੀ ਸਾਨੂੰ ਗੁਰਬਾਣੀ ਦੇ ਨਾਲ ਜੋੜ ਦਿੰਦੇ ਨੇ ਬੰਗਲਾ ਸਾਹਿਬ ਤੋਂ। ਹੇਮਕੁੰਟ ਸਾਹਿਬ ਦੇ ਪ੍ਰੋਗਰਾਮ ਕਿੱਡੇ ਵਧੀਆ ਚੱਲ ਕੇ ਸੰਗਤਾਂ ਨੇ ਲਾਹ ਪ੍ਰਾਪਤ ਕੀਤਾ ਹੈ। ਇਹ ਬਹੁਤ ਵੱਡੀਆਂ ਮੱਲਾਂ ਨੇ। ਚੈਨਲ 'ਤੇ ਹੋਰ ਵੀ ਬਹੁਤ ਚੱਲਦੇ ਨੇ। ਜੋ ਮੱਲ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਮਾਰੀ ਜਾਂਦੀ ਹੈ ਉਹਦਾ ਜਿਹੜਾ ਭਾਵ ਹੈ ਉਹ ਸਿੱਖ ਸੰਗਤਾਂ ਬਹੁਤ ਅਸੀਸਾਂ ਦਿੰਦੀਆਂ ਨੇ। ਇਸ ਵਿੱਚ ਇੱਕ ਸਹਿਜ ਪਾਠ ਜਿਹੜੇ ਚੱਲ ਰਹੇ ਨੇ ਉਹ ਬੜਾ ਵੱਡਾ ਗਿਆਨ ਹੈ, ਕਿਉਂਕਿ ਉਹ ਪਾਠ ਜਿਹੜਾ ਘਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਇਸ ਪਰਿਵਾਰ ਦਾ ਮੈਂ ਤਹਿ ਦਿਲ ਤੋਂ ਰਿਣੀ ਹਾਂ ਜਿਨ੍ਹਾਂ ਨੇ ਇਹ ਟਾਈਮ ਟੀਵੀ ਚੜ੍ਹਦੀ ਕਲਾ ਟਾਈਮ ਟੀਵੀ ਦਾ ਇਹ ਉਪਰਾਲਾ ਕਰਕੇ ਗੁਰੂ ਨਾਨਕ ਸਾਹਿਬ ਦੀ ਉਸ ਬਾਣੀ ਨੂੰ ਘਰ ਤੱਕ ਪਹੁੰਚਾਇਆ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾਇਆ ਹੈ। ਇੱਥੇ ਬਾਬਾ ਜੀ ਦਾ ਬਹੁਤ ਵੱਡਾ ਉਦਮ ਹੈ ਵੀ ਆਉਣ ਵਾਲੇ ਸਾਲ ਦੇ ਵਿੱਚ ਅਨੇਕਾਂ ਹੀ ਪ੍ਰੋਗਰਾਮ ਇਹੋ ਜਿਹੇ ਕੀਤੇ ਜਾਣ ਜਿਹੜੇ ਉਸ ਨਾਲ ਸੰਬੰਧਿਤ ਹੋਣ, ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਜਿਹਦੇ ਨਾਲ ਘਰ ਘਰ ਤੱਕ ਗਰੀਬ ਦੀ ਕੁੱਲੀ ਤੱਕ ਪਹੁੰਚਾਇਆ ਜਾ ਸਕੇ। ਇਸ ਚੈਨਲ ਦੇ ਵਿੱਚ ਇੱਕ ਬਹੁਤ ਵੱਡਾ ਵਾਧਾ ਹੈ ਕਿ ਇਹ ਸਾਰੀਆਂ ਡਿਸ਼ਾਂ 'ਤੇ ਹੈ, ਇਹ ਫਰੀ ਡਿਸ਼ 'ਤੇ ਵੀ ਚੱਲ ਰਿਹਾ ਹੈ। ਇਹ ਪੈਗਾਮ ਘਰ ਤੱਕ ਪਹੁੰਚਾਉਣ ਲਈ ਇਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦੀਆਂ। ਇੰਨੀਆਂ ਹੀ ਬੇਨਤੀਆਂ ਦਾ ਖਿਮਾ ਦਾ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੋਏ ਸਲਾਨਾ ਧਾਰਮਿਕ ਸਮਾਗਮ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਨਾਮਵਰ ਕਵੀਆਂ ਨੇ ਹਾਜ਼ਰੀ ਲਗਵਾਈ। ਇਹ ਪਵਿੱਤਰ ਸਥਾਨ ਉਸ ਮਹਾਨ ਕਵੀ ਜਿਹਨੂੰ ਉਹਨਾਂ ਮਹਾਜਾ ਕਵੀਆਂ ਵਿੱਚੋਂ ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ, ਕਵੀ ਰਾਜ ਹੋਣ ਦਾ ਮਾਣ ਪ੍ਰਾਪਤ ਹੋਇਆ, ਭਾਈ ਧਰਨਾ ਸਿੰਘ ਜੀ ਗੁਰੂ ਘਰ ਦੇ ਕਾਹੀ ਉਸ ਪਵਿੱਤਰ ਸਥਾਨ ਤੇ ਸਾਰੀ ਗੁਰੂ ਕੀ ਸੰਗਤ ਆਪਾਂ ਜੁੜ ਕੇ ਬੈਠੇ ਹਾਂ। ਸਾਡੇ ਕੋਲ ਬਹੁਤ ਮਹਾਨ ਕਵੀ ਵੀਰ ਪਹੁੰਚੇ ਨੇ, ਕਵੀ ਰਾਜ ਭਾਈ ਧਰਨਾ ਸਿੰਘ ਜੀ ਸਾਧ ਸੰਗਤ ਨੂੰ ਗਾਥਾ ਸੁਣਾ ਕੇ ਆ ਦਰਬਾਰ ਸਿੰਘ ਜੀ ਕੇ ਪੈਂਦੀ ਗੂੰਜ ਹੈ ਜਿੱਥੇ ਜੈਕਾਰਿਆਂ ਦੀ ਜੈ ਜੈਕਾਰ ਤੂੰ ਉਹਦੀ ਕਰਵਾ ਕੇ ਆ ਗੁਰੂ ਨਾਨਕ ਦਾ ਪਾਵਨ ਪ੍ਰਕਾਸ਼ ਉਤਸਵ ਸਾਧ ਸੰਗਤ ਸਾਧ ਸੰਗਤ ਦੇ ਨਾਲ ਮਨਾ ਕੇ ਆ ਸਾਧ ਸੰਗਤ ਗੁਰੂ ਨਾਨਕ ਦੇ ਨਾਮ ਸਰੋਵਰਾਂ 'ਚ ਰੱਜ ਰੱਜ ਕੇ ਡੁੱਬੀਆਂ ਲਾਉਂਦੇ। ਕਵੀ ਰਾਜ ਗੁਰੂ ਭਾਈ ਧੰਨਾ ਸਿੰਘ ਜੀ ਦੇ ਪਵਿੱਤਰ ਸਥਾਨਾਂ 'ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਦਰਬਾਰ ਦੀ ਮਹਿਮਾ ਜਿਹੜੀ ਆ ਇਹ ਘਰ ਘਰ ਜਾਊਗੀ। ਜੋ ਬਾਬਾ ਜੀ ਇਸ਼ਟ ਲੈ ਕੇ ਚੱਲੇ ਨੇ ਨਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਇਹ 30 ਸਾਲ ਤੋਂ ਆਪਾਂ ਵੇਖ ਰਹੇ ਹਾਂ। ਇਹ ਜੋ ਨਿਯਮੋਂ ਲੈ ਕੇ ਚੱਲੇ ਸੀ ਅੱਜ ਉਹ ਚੱਲ ਰਿਹਾ ਹੈ। ਤੁਹਾਡਾ ਜਿਹੜਾ ਠਾਠਾ ਮਾਰਦਾ ਕਾਠੇ ਦੱਸਦਾ ਹੈ ਕਿ ਬਾਬਾ ਜੀ ਸੰਗਤ ਨਾਲ ਬਹੁਤ ਪਿਆਰ ਕਰਦੇ ਨੇ। ਇੰਨੀਆਂ ਹੀ ਬੇਨਤੀਆਂ ਨਾਲ ਖਿਮਾ ਨਾਲ ਜਾਚਕ ਜਿਹਨਾਂ ਨੇ ਆ ਸਿੰਘਾਂ ਨੂੰ ਜਨਮ ਦਿੱਤਾ, ਸਿੱਖ ਇਤਿਹਾਸ ਬਣਾਏ ਨੇ ਸਿੰਘਣੀਆਂ ਨੇ, ਜੋਸ਼ ਜਿਨ੍ਹਾਂ ਨੇ ਸਿੰਘਾਂ ਨੂੰ ਜਨਮ ਦਿੱਤਾ, ਸਿੱਖ ਇਤਿਹਾਸ ਬਣਾਏ ਨੇ ਸਿੰਘਣੀਆਂ ਨੇ, ਤੇ ਟੋਟੇ ਜਿਗਰ ਦੇ ਟੋਟੇ ਕਰਵਾ ਕੇ ਤੇ ਗਲੀ ਹਾਰ ਪਵਾਏ ਨੇ ਸਿੰਘਣੀਆਂ ਨੇ। ਗਲ ਵਿੱਚ ਹਾਰ ਪਵਾਏ ਨੇ ਸਿੰਘਣੀਆਂ ਨੇ, ਤੋ ਭਟਕਣ ਲੱਗੇ ਜਦ ਜੋਸ਼ ਸਿੰਘ ਸੂਰੇ, ਤਾਂ ਸਿੱਧੇ ਰਾਹ ਤੇ ਪਾਏ ਨੇ ਸਿੰਘਣੀਆਂ ਨੇ। ਮੁਕਤਸਰ ਸਾਹਿਬ ਖਤਰਾ ਉਹ ਲੋਕੀ ਆਪਣੀ ਮੌਤ ਤੋਂ ਕੰਬਦੇ ਨੇ, ਅਸੀਂ ਗੈਰਾਂ ਦੇ ਹੱਸ ਕੇ ਮਰੇ ਹੋਏ ਹਾਂ, ਅਸੀਂ ਗਹਿਰਾਂ ਲਈ ਹੱਸ ਕੇ ਮਰੇ ਹੋਏ ਹਾਂ। ਤਾਂ ਸਾਧ ਸੰਗਤ ਜੀ ਉਹ ਜੇ ਗਲੇ ਨੇ ਇਜਾਜ਼ਤ ਦਿੱਤੀ ਨਹੀਂ ਤਾਂ ਆਪ
ਵਿਖੇ ਆਪਣੀ ਕਵਿਤਾ ਤੇ ਜਦੋਂ ਹੰਕਾਰ ਕੀਤਾ ਦਸਮ ਪਿਤਾ ਨੇ ਆਪਣੀ ਮਿਹਰ ਕਰਕੇ ਭਾਈ ਧੰਨਾ ਸਿੰਘ ਘਾਹੀ ਤਿਆਰ ਕੀਤਾ। ਚੰਦਨ ਕਵੀ ਨੇ ਪੌਂਟਾ ਸਾਹਿਬ ਵਿਖੇ ਆਪਣੀ ਕਵਿਤਾ ਤੇ ਜਦੋਂ ਹੰਕਾਰ ਕੀਤਾ ਦਸਮ ਪਿਤਾ ਨੇ ਆਪਣੀ ਮਿਹਰ ਕਰਕੇ ਭਾਈ ਧੰਨਾ ਸਿੰਘ ਘਾਹੀ ਤਿਆਰ ਕੀਤਾ। ਚੰਦਨ ਕਵੀ ਦੀ ਕਵਿਤਾ ਦੇ ਉਸ ਨੇ ਤਦ ਬਹੁਤ ਸੋਹਣਾ ਸੀ ਅਰਥ ਵਿਚਾਰ ਕੀਤਾ ਤੇ ਚੰਦਨ ਕਵੀ ਦਾ ਦੂਰ ਹੰਕਾਰ ਹੋਇਆ ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ। ਚੰਦਨ ਕਵੀ ਦਾ ਦੂਰ ਹੰਕਾਰ ਹੋਇਆ ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ ਤੇ ਭਾਈ ਧੰਨਾ ਸਿੰਘ ਜੀ ਦਾ ਖੂਹ ਇੱਥੇ ਤੇ ਸੋਭ ਰਿਹਾ ਹੈ ਗੁਰੂ ਦਰਬਾਰ ਸੋਹਣਾ। ਬਾਬਾ ਸਤਨਾਮ ਸਿੰਘ ਜੀ ਗੁਰੂ ਮੇਰ ਸਦਕਾ ਕਰਵਾ ਰਹੇ ਅਸਥਾਨ ਤਿਆਰ ਸੋਹਣਾ। ਸਾਰੀ ਸੰਗਤ ਸਤਿਕਾਰ ਦੇ ਨਾਲ ਬੋਲੋ ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਇੱਕ ਸਿਧਾਂਤਕ ਗੱਲ ਕਰਕੇ ਕਿਉਂਕਿ ਬਾਬਾ ਸਤਨਾਮ ਸਿੰਘ ਜੀ ਜਿੱਥੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜ ਰਹੇ ਨੇ ਨਾਲ ਦੀ ਨਾਲ ਅੰਮ੍ਰਿਤ ਛਕਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਅੰਮ੍ਰਿਤਧਾਰੀ ਸਜਾ ਕੇ ਦਸ਼ਮੇਸ਼ ਪਿਤਾ ਦੇ ਨਾਲ ਦੇ ਪੁੱਤਰ ਤੇ ਸਪੁੱਤਰੀਆਂ ਬਣਾ ਰਹੇ ਨੇ। ਇੱਕ ਗੱਲ ਕਹਿ ਕੇ ਆਪਣੀ ਥਾਂ ਲਵਾਂਗਾ ਤੇ ਬੇਨਤੀ ਕਰਾਂਗਾ ਜੋਤ ਸਾਹਿਬ ਨੂੰ ਕਿ ਥੋੜਾ ਸਮਾਂ ਉਹ ਜ਼ਰੂਰ ਲਾਉਣ। ਗੱਲ ਕਰ ਰਿਹਾ ਹਾਂ ਸਾਧ ਸੰਗਤ ਜੀ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੋ ਜੇਕਰ ਥਾਂ ਥਾਂ ਤੇ ਅਟਕਣਾ ਛੱਡ ਦੇਵੋ। ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੋ ਜੇਕਰ ਥਾਂ ਥਾਂ ਤੇ ਅਟਕਣਾ ਛੱਡ ਦੇਵੋ। ਮੰਜੀਆਂ ਡਾ ਕੇ ਅੱਜ ਵੀ ਕਈ ਜਾ ਕੇ ਨੇੜੇ ਵੀ ਫਟਕਣਾ ਛੱਡ ਦੇਵੋ। ਕਦੇ ਐਸ ਟਾਣੀ ਕਦੇ ਉਸ ਟਾਣੀ ਪੁੱਠੇ ਸਿੱਧੇ ਹੋ ਲਟਕਣਾ ਛੱਡ ਦੇਵੋ। ਲੋ ਓਟ ਬਸ ਗੁਰੂ ਗ੍ਰੰਥ ਜੀ ਦੀ ਦਰ ਦਰ ਤੇ ਭਟਕਣਾ ਛੱਡ ਦੇਵੋ। ਲੋ ਆਸਰਾ ਗੁਰੂ ਗ੍ਰੰਥ ਜੀ ਦਾ ਛੱਡ ਦੇਵੋ। ਗੁਰੂ ਚਰਨਾਂ 'ਚ ਜਾਚ ਕੇ ਅਰਦਾਸ ਕਰੀਏ ਚੜ੍ਹਦੀ ਕਲਾ ਹੋਰ ਦੂਣ ਸਵਾਈ ਹੋਵੇ ਗੁਰੂ ਨਾਨਕ ਦੇ ਪਾਵਨ ਪ੍ਰਕਾਸ਼ ਉੱਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਬਾਬਾ ਸਤਨਾਮ ਸਿੰਘ ਜੀ ਨੂੰ ਲੱਖ ਲੱਖ ਵਧਾਈ ਹੋਵੇ। ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਹੋਵੇ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੱਜ ਕੇ ਫਤਿਹ ਬੁਲਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ ਗੁਰਦੁਆਰਾ ਖੜ੍ਹੇ ਦਾ ਖਾਲਸਾ ਖੂਹ ਕਵੀਰਾਜ ਭਾਈ ਧੰਨਾ ਸਿੰਘ ਜੀ ਇਸ ਸਥਾਨ 'ਤੇ ਆਪਾਂ ਅੱਜ ਖੜ੍ਹੇ ਹਾਂ। ਸੋ ਇਹ ਸਥਾਨ ਕਵੀਰਾਜ ਭਾਈ ਧੰਨਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਜੋ 52 ਕਵੀ ਹੋਏ ਹਨ ਉਹਨਾਂ ਵਿੱਚੋਂ ਇੱਕ ਕਵੀ ਹਨ। ਪਿੰਡ ਨੁਸ਼ਹਿਰਾ ਪਨੂਆ ਧੰਨਾ ਸਿੰਘ ਵਾਲਾ ਜਨਮ ਸਥਾਨ ਹੈ ਉਹਨਾਂ ਦਾ ਕਵੀਰਾਜ ਭਾਈ ਧੰਨਾ ਸਿੰਘ ਜੀ ਦਾ ਜੋ ਸਥਾਨ ਹੈ। ਅਤੇ ਦੇਖੋ ਖੂਹ ਭਾਈ ਧੰਨਾ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈ। ਸਾਹਮਣੇ ਦੇਖੋ ਤੁਸੀਂ ਖੂਹ ਦੇਖ ਰਹੇ ਹੋ ਇਹ ਖੂਹ ਉਹਨਾਂ ਦੇ ਯਾਦ ਦੇ ਵਿੱਚ ਬਣਿਆ ਹੋਇਆ ਹੈ। ਸੋ ਸਤਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਹੈ ਕਵੀਰਾਜ ਭਾਈ ਧੰਨਾ ਸਿੰਘ ਜੀ ਜਿਵੇਂ ਆਪਾਂ ਫਰਮਾਨ ਪੜ੍ਹਦੇ ਹਾਂ ਕਿ ਹਰਜੂ ਅਹੰਕਾਰ ਨਾ ਭਾਵੇ ਕਿ ਪਰਮਾਤਮਾ ਨੂੰ ਜਿਹੜਾ ਹੰਕਾਰ ਹੈ ਉਹ ਬਿਲਕੁਲ ਵੀ ਪਸੰਦ ਨਹੀਂ ਹੈ। ਜਿਵੇਂ ਭਗਤ ਜੀ ਵੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਜਿੰਨੇ ਚਿਰ ਤੱਕ ਜੀਵ ਦੇ ਵਿੱਚ ਮੈਂ ਹੁੰਦੀ ਹੈ ਅਤੇ ਉਹ ਮੈਂ ਜਿਹੜੀ ਪਰਮਾਤਮਾ ਨੂੰ ਹੈ ਉਹ ਮਿਲ ਨਹੀਂ ਦਿੰਦੀ। ਸੋ ਸਤਿਗੁਰੂ ਜੀ ਜਿਹੜੇ ਕਿਰਪਾ ਕਰਦੇ ਹਨ ਸਾਰਿਆਂ ਦੇ ਉੱਤੇ। ਅਤੇ ਇੱਕ ਦਿਨ ਦੀ ਗੱਲ ਹੈ ਕਿ ਪੌਂਟਾ ਸਾਹਿਬ ਦੀ ਇਹ ਘਟਨਾ ਹੈ ਜਦੋਂ ਪੌਂਟਾ ਸਾਹਿਬ ਦੇ ਵਿਖੇ ਸਤਿਗੁਰੂ ਜੀ ਬਿਰਾਜਮਾਨ ਸਨ ਅਤੇ ਉੱਥੇ ਕੀ ਗੱਲ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 52 ਕਵੀਆਂ ਨੂੰ ਕਿਹਾ ਕਿ ਤੁਸੀਂ ਕੋਈ ਕਵਿਤਾ ਉਚਾਰਨ ਕਰੋ, ਕੋਈ 4-4 ਪੰਕਤੀਆਂ ਲਿਖੋ ਅਤੇ ਹਰ ਪੰਕਤੀ ਵਿੱਚ ਕੋਈ ਬਹੁਤ ਵੱਡੀ ਗੱਲ ਹੋਣੀ ਚਾਹੀਦੀ ਹੈ।
ਸਾਰੇ ਕਵੀਆਂ ਨੇ ਜਦੋਂ ਕਵਿਤਾ ਲਿਖੀ ਵਿੱਚੋਂ ਇੱਕ ਕਵੀ ਸੀ ਚੰਦਨ ਕਵੀ, ਬਹੁਤ ਹੀ ਉਹ ਵਿਦਵਾਨ ਗਏ ਸਨ, ਪਰ ਕੀ ਹੋਇਆ ਕਿ ਉਹਨਾਂ ਨੂੰ ਵਿੱਦਿਆ ਦਾ ਹੰਕਾਰ ਹੋ ਗਿਆ ਆਪਣੀ ਕਿ ਮੇਰੇ ਵਰਗੀ ਕਵਿਤਾ ਕੋਈ ਲਿਖ ਨਹੀਂ ਸਕਦਾ। ਜਦੋਂ ਸਤਿਗੁਰ ਨੇ ਕਿਹਾ ਕਿ ਹਾਂਜੀ ਹੁਣ ਆਪਣੀ ਕਵਿਤਾਵਾਂ ਸੁਣਾਓ, ਇਹਨਾਂ ਨੇ ਕਹਿ ਦਿੱਤਾ ਕਿ ਨਹੀਂ ਮੈਂ ਆਪਣੀ ਕਵਿਤਾ ਜਿਹੜੀ ਲਿਖੀ ਨਹੀਂ ਹੈ। ਅਤੇ ਜਦੋਂ ਕਵਿਤਾ ਨਹੀਂ ਲਿਖੀ, ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ ਕਿ ਹਾਂਜੀ ਦੱਸੋ ਕਿਉਂ ਨਹੀਂ ਤੁਸੀਂ ਕਵਿਤਾ ਲਿਖੀ, ਕਹਿੰਦੇ ਮੇਰੇ ਤੋਂ ਕਵਿਤਾ ਲਿਖੀ ਨਹੀਂ ਗਈ। ਅਤੇ ਸਤਿਗੁਰੂ ਨੇ ਪਰਚਾ ਪਾ ਦਿੱਤਾ, ਚਲੋ ਆਪਾਂ ਇਸ਼ਨਾਨ ਕਰਕੇ ਆਈਏ ਨਦੀ ਦੇ ਤੱਟ 'ਤੇ। ਅਤੇ ਜਦੋਂ ਇਸ਼ਨਾਨ ਕਰਨ ਗਏ ਤਾਂ ਚੰਦਨ ਕਵੀ ਸਮਝ ਗਏ ਕਿ ਸਤਿਗੁਰੂ ਜੀ ਜਿਹੜਾ ਸਾਰਾ ਭੇਦ ਹੈ ਉਹ ਮੇਰਾ ਜਾਣ ਚੁੱਕੇ ਹਨ। ਹੁਣ ਜਦੋਂ ਪਤਾ ਲੱਗਾ ਸਤਿਗੁਰੂ ਜੀ ਸਾਰਾ ਭੇਦ ਜਾਣ ਚੁੱਕੇ ਹਨ, ਤਾਂ ਇਹਨੇ ਕਿਹਾ ਕਿ ਮੈਨੂੰ ਬਹਾਨਾ ਲਾਉਣਾ ਸ਼ੁਰੂ ਕਰਤਾ, ਮੈਂ ਠੀਕ ਨਹੀਂ, ਮੈਨੂੰ ਬੁਖਾਰ ਹੈ। ਸੋ ਜਦੋਂ ਬਹਾਨਾ ਲਾਇਆ ਤਾਂ ਸਤਿਗੁਰੂ ਜੀ ਤਾਂ ਦੱਸ ਵੀ ਦਿੱਤਾ ਸਤਿਗੁਰੂ ਜੀ ਨੇ ਕਿ ਫਿਰ ਇਹਨਾਂ ਨੂੰ ਹੋ ਗਿਆ ਕਿ ਨਹੀਂ ਮੈਂ ਕਵਿਤਾ ਲਿਖੀ ਹੈ। ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ ਕਿਉਂ ਕਵਿਤਾ ਕਿਉਂ ਨਹੀਂ ਤੁਸੀਂ ਲਿਖ ਸਕੇ, ਕਿਉਂ ਤੁਸੀਂ ਕਵਿਤਾ ਪਹਿਲੋਂ ਝੂਠ ਕਿਉਂ ਬੋਲਿਆ ਕਵਿਤਾ ਦੇ ਬਾਰੇ। ਤਾਂ ਉਹਨਾਂ ਨੇ ਕਿਹਾ ਕਿ ਮੇਰੇ ਮਨ 'ਚ ਇਹ ਖਿਆਲ ਆ ਗਿਆ ਸੀ ਕਿ ਮੈਨੂੰ ਹੰਕਾਰ ਹੋ ਗਿਆ ਵਾ, ਤਾਂ ਮੈਂ ਕਵਿਤਾ ਨਹੀਂ, ਤਾਂ ਤੁਸੀਂ ਇਹ ਅਰਥ ਵੀ ਨਹੀਂ ਇਹਦੇ ਕਰ ਸਕਦੇ। ਜੇ ਮੈਂ ਕਿਸੇ ਬਾਦਸ਼ਾਹ ਕੋਈ ਕਵਿਤਾ ਸੁਣਾਵਾਂਗਾ ਤਾਂ ਉਹ ਕਵਿਤਾ ਦੇ ਜਿਹੜੇ ਅਰਥ ਬਹੁਤ ਚੰਗੇ ਕਰ ਸਕਦੇ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਿਹੜੇ ਸਾਡੇ ਘਾਈ ਹਨ ਉਹ ਵੀ ਇਹਦੇ ਅਰਥ ਕਰ ਸਕਦੇ ਹਨ। ਅਤੇ ਉਹਨਾਂ ਨੇ ਆਵਾਜ਼ ਮਾਰੀ, ਜਾਓ, ਅਸਤਬਲ ਦੀ ਸੇਵਾ ਕਰਦੇ ਸਨ ਭਾਈ ਧੰਨਾ ਸਿੰਘ ਜੀ, ਅਤੇ ਕਿਹਾ ਕਿ ਜਾਓ ਭਾਈ ਧੰਨਾ ਸਿੰਘ ਜੀ ਨੂੰ ਬੁਲਾ ਕੇ ਲਿਆਓ। ਅਤੇ ਜਦੋਂ ਗਿਆ ਇੱਕ ਸਿੱਖ ਬਰਾਨ ਭਾਈ ਧੰਨਾ ਸਿੰਘ ਜੀ ਨੇ, ਉਹ ਭੱਜੇ ਹੋਏ ਆਏ ਅਤੇ ਕਹਿੰਦੇ ਇਹ ਕਵਿਤਾ ਲਿਖੀ ਹੈ ਚੰਦਨ ਜੀ ਨੇ, ਇਹਦੇ ਅਰਥ ਕਰੋ। ਅਤੇ ਉਹਨੇ ਕਿਹਾ ਮੈਂ ਕਿਵੇਂ ਅਰਥ ਕਰ ਸਕਦਾ ਹਾਂ ਕਿ ਚੰਨੀ ਮੈਂ? ਕਹਿੰਦੇ ਸਤਿਗੁਰ ਜੀ ਜਵਾਨ ਮੇਰੀ ਚੱਲੇਗੀ ਪਰ ਅਰਥ ਤੁਸੀਂ ਕਰੋਗੇ। ਜੋ ਉਹਨਾਂ ਨੇ ਅਰਥ ਕਰਨੇ ਸ਼ੁਰੂ ਕੀਤੇ ਅਤੇ ਉਹਨਾਂ ਨੇ ਕਵਿਤਾ ਉਚਾਰਨ ਕੀਤੀ ਚੰਦਨ ਕਵੀ ਨੇ, ਕਹਿੰਦੇ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪਿਆਦੇ ਦਾਇਕ ਪਾਏ ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਤਰ ਛਾਏ ਮਾਨੋ ਮੇਘ ਕੇ ਮੰਡਲ ਮੈਂ ਕਰ ਚੰਦਨ ਕਲ ਕਰੇ ਵਰ ਛਾਏ। ਸੋ ਉਸੇ ਵੇਲੇ ਕੀ ਹੋਇਆ ਕਿ ਕਿਰਪਾ ਹੋਈ, ਸਤਿਗੁਰੂ ਜੀ ਨੇ ਥਾਪੜਾ ਦਿੱਤਾ ਕਵੀ ਰਾਜ ਭਾਈ ਧੰਨਾ ਸਿੰਘ ਜੀ ਨੂੰ ਅਤੇ ਉਹਨਾਂ ਨੇ ਕਵਿਤਾ ਦੇ ਅਰਥ ਕਰਕੇ ਸਪਸ਼ਟ ਦਿਖਾ ਦਿੱਤੇ। ਫਿਰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਕਵਿਤਾ ਉਚਾਰਨ ਕਰਕੇ ਦਿਖਾਓ ਅਤੇ ਇਹਨਾਂ ਦੇ ਅਰਥ ਜਿਹੜੇ ਹਨ ਇਹ ਚੰਦਨ ਕਵੀ ਆਪ ਕਰੇਗਾ। ਸੋ ਜਦੋਂ ਕਵਿਤਾ ਉਚਾਰਨ ਕਹਿੰਦੇ ਕਿ ਮੀਨ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਤਨ ਤਾਪ ਤੇ ਆਏ ਤੀਏ ਮਰੇ ਪੀਏ ਕੇ ਪਰਸੇ ਕਬਹੂ ਨਾ ਮਰੇ ਪਰ ਦੇਸ ਜਾਏ ਗੂੜ ਮੇ ਬਾਤ ਕਹੀ ਦਜਰਾਜ ਵਿਚਾਰ ਸਕੇ ਨਾ ਬਿਨਾਂ ਚਿਤ ਲਾਏ। ਸੋ ਇਹਨਾਂ ਦੇ ਅਰਥ ਉਹ ਨਹੀਂ ਕਰ ਸਕੇ ਕਿਉਂਕਿ ਇੱਕ ਵਿੱਚ ਮਾਤਰਾ ਦਾ ਫਰਕ ਪੈ ਗਿਆ ਸੀ ਕਿ ਮੀਨ ਮਰੇ ਜਲ ਕੇ ਪਰਸੇ। ਉਹਨਾਂ ਨੇ ਕਹਿਤਾ ਕਿ ਜਿਹੜੀ ਮੀਨ ਹੈਗੀ ਮੱਛੀ ਹੈਗੀ ਹੈ ਉਹ ਪਾਣੀ ਦੇ ਨਾਲ ਜਿਹੜੀ ਮਰ ਜਾਂਦੀ, ਕਬੂ ਨਾ ਮਰੇ ਪਰ ਪਾਵਕ ਪਾਏ ਕਿ ਜਦੋਂ ਅੱਗ ਦੇ ਵਿੱਚ ਸੁੱਟਦਾ ਉਹ ਤਾਂ ਨਹੀਂ ਮਰਦੀ। ਕਵੀਰਾਜ ਜੀ ਕਹਿੰਦੇ ਜਾਂ ਫਿਰ ਸੁੱਟ ਕੇ ਦਿਖਾ ਅੱਗ ਵਿੱਚ ਕਿਵੇਂ ਜਿੰਦੀ ਰਹਿੰਦੀ, ਫਰਕ ਕੀ ਪਾ ਦਿੱਤਾ? ਮੀਨ ਮਰੇ ਜਲ ਕੇ ਮਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ ਅਰਥ ਇਸ ਤਰ੍ਹਾਂ ਹੋਣੇ ਸੀ ਜੋ ਵਿਸ਼ਰਾਮ ਦਾ ਫਰਕ ਦੇ ਕਾਰਨ ਉਹ ਅਰਥ ਨਹੀਂ ਕਰ ਸਕੇ ਅਤੇ ਉੱਥੇ ਆ ਕੇ ਇਹਨਾਂ ਦਾ ਕਵੀ ਜਿਹੜੇ ਚੰਦਨ ਕਵੀ ਸੀ ਉਹਨਾਂ ਦਾ ਹੰਕਾਰ ਟੁੱਟ ਗਿਆ ਅਤੇ ਜਿਹੜੇ ਭਾਈ ਧੰਨਾ ਸਿੰਘ ਨੂੰ ਕਵੀ ਰਾਜ ਦੀ ਉਪਾਧੀ ਮਿਲੀ, ਕਵੀਆਂ ਦੇ ਰਾਜੇ ਉਹ ਬਣੇ। ਸੋ ਸਤਿਗੁਰੂ ਜੀ ਸਾਨੂੰ ਵੀ ਇਹੋ ਕਹਿੰਦੇ ਹਨ ਕਿ ਜਿੰਨੀ ਮਰਜ਼ੀ ਸਾਨੂੰ ਵਿੱਦਿਆ ਹੋਵੇ, ਭਾਵੇਂ ਅਸੀਂ ਜਿੰਨੇ ਮਰਜ਼ੀ ਪੜ੍ਹੇ ਹੋਈਏ, ਸਾਨੂੰ ਹੰਕਾਰ ਨਹੀਂ ਕਦੀ ਕਰਨਾ ਚਾਹੀਦਾ ਕਿ ਹਾਂਜੀ ਸਾਨੂੰ ਕੋਲ ਇਹ ਵਿੱਦਿਆ, ਜਿੰਨੇ ਵੀ ਗੁਣ ਹਨ ਉਹ ਪਰਮਾਤਮਾ ਦੇ ਦਿੱਤੇ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਮੇਰੀ ਵੀ ਬੇਨਤੀ ਇਹੋ ਸਾਰਿਆਂ ਨੂੰ ਕਿ ਆਪਾਂ ਹੋਮੇ ਤੋਂ ਦੂਰ ਰਹਿ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਇੱਥੇ ਦਾ ਇੱਕ ਮਕਸਦ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ, ਜਿਹੜੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ। ਸੋ ਸਤਿਗੁਰੂ ਜੀ ਨੇ ਵੇਖੋ ਕਿ ਬਾਬਾ ਜੀ ਨੇ ਉਹ ਮਾਰਗ ਲੈ ਕੇ ਚੱਲੇ ਕਿ ਜਿੰਨੀ ਵੀ ਗੋਲਕ ਹੈਗੀ ਉਹ ਸਾਰੀ ਦੀ ਸਾਰੀ ਜਿਹੜੀ ਗਰੀਬਾਂ ਦੇ ਉੱਤੇ ਉਹ ਖਰਚ ਕਰ ਦਿੰਦੇ ਹਨ ਕਿ ਗਰੀਬ ਲੜਕੀਆਂ ਦੇ ਵਿਆਹ ਕਰਾਏ ਜਾਂਦੇ ਹਨ, ਹਰ ਮਹੀਨੇ ਦੀ ਇੱਕ ਤਰੀਕ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਘਰ ਬੋਰ ਨਹੀਂ ਹੈਗੇ ਉਹਨਾਂ ਨੂੰ ਬੋਰ ਕਰਾ ਕੇ ਦਿੱਤੇ ਜਾਂਦੇ ਹਨ ਅਤੇ ਘਰ ਬਣਾ ਕੇ ਦਿੰਦੇ ਗਰੀਬਾਂ ਨੂੰ, ਅਤੇ ਜਿੰਨੀ ਵੀ ਸਹਾਇਤਾ ਗੋਲਕ ਹੈਗੀ ਹੈ ਗੁਰੂ ਘਰ ਸੰਗਤ ਚੜ੍ਹਾਉਂਦੀ ਹੈ ਉਹ ਗਰੀਬਾਂ ਦੇ ਨਾਂ 'ਤੇ ਲਾ ਦਿੱਤੀ ਜਾਂਦੀ ਹੈ। ਬਾਬਾ ਜੀ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਗਰੀਬਾਂ ਵਾਸਤੇ। ਹਾਂਜੀ ਇਹ ਬਹੁਤ ਵਧੀਆ ਉਹਨਾਂ ਦਾ ਉਪਰਾਲਾ, ਕਿਉਂਕਿ ਦੇਖੋ ਕਿ ਇਹ ਇੱਕ ਸਾਡਾ ਵੀ ਮਕਸਦ ਹੈ ਜੇ ਹਰ ਗੁਰਦੁਆਰਾ ਸਾਹਿਬ ਵਿਖੇ ਇਹ ਅਗਰ ਲਾਗੂ ਕਰ ਦਿੱਤੇ ਜਾਂ ਨਿਯਮ ਕਿ ਆਪਾਂ ਜਿਹੜੀ ਗੋਲਕ ਹੈ ਉਹ ਗਰੀਬਾਂ ਦੇ ਉੱਤੇ ਖਰਚ ਕਰਨ ਲੱਗ ਪਈਏ ਅਤੇ ਅੱਜ ਸਾਡਾ ਜਿਹੜਾ ਪੰਜਾਬ ਹੈ ਬਹੁਤ ਜ਼ਿਆਦਾ ਖੁਸ਼ਹਾਲ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਖੜ੍ਹੇ ਦਾ ਖਾਲਸਾ ਖੂਹ ਭਾਈ ਧੰਨਾ ਸਿੰਘ ਜੀ ਦੇ ਜੋ ਅਸਥਾਨਾਂ 'ਤੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਗਿਆ ਵਾ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰਪੁਰਬ 'ਤੇ ਲੱਖ ਲੱਖ ਵਧਾਈ ਹੋਵੇ। ਜੋ ਇੱਥੋਂ ਦੇ ਸੇਵਾ ਚੱਲ ਰਹੀ ਹੈ, ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ 3 ਦਿਨ ਇੱਥੇ ਸਮਾਗਮ ਚੱਲਦੇ ਰਹੇ ਆ। ਪਹਿਲੋਂ ਸੁਖਮਨੀ ਸਾਹਿਬ ਜੀ ਦੇ ਜਾਪ ਲੜੀਵਾਰ 1 ਮਹੀਨਾ ਜੋ ਤਕਰੀਬਨ 1000 ਦੇ ਕਰੀਬ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਜਿਹੜਾ ਇੱਥੇ ਜਾਪ ਕੀਤੇ
उस तो उपरंत कबड्डी के मैच करवाए गए आ जिस विच उच्च कोटी के जो पहलवान भी आए जो कबड्डी के जिहड़े खिडारी आए गए उन्हां वल्लों मैच इत्थे कीते गए लड़कियां का भी एक मैच करवाया वा ते लड़कियां का भी दो मैच करवाए इत्थे अगले दिन जो तकरीबन चार इत्थे कवि जिहड़े उच्च कोटी के सन उन्हां वल्लों कवि दरबार करवाया गया बाबा जी वल्लों ते उपरंत रात नूं अस्तबाजी जो बड़ी श्रद्धा भावना नाल संगतां ने नज़ारा इत्थों दा तकिया वा तो जो गुरु नानक साहब जी का उपदेश सी उत्थे बाबा जी ने बड़ा सख्त पहरा दे के सेवावां कर रहे ने जो लड़कियां दे इत्थे हर साल बहुत उच्च पद्धर ते सेवावां कीतियां जांदियां वा लड़कियां दे विआह कीते जांदे ने होर इत्थों दे जिहड़े पराले चल रहे ने गरीबां दे जिहड़ां दा कोई सहारा नहीं आ उन्हां दा इत्थे इलाज कीता जांदा वा जो गुरु की गोलक गरीब का मूँह जो गुरु नानक साहब ने अज तो कई साल पहलों विदेश दिता ही उत्ते बाबा जी पहरा दे रहे हैं जिहड़ी अगे गोलक गुरद्वारा साहब हर महीने इत्थे वंडी जाती है गरीबां दे इलाजां वास्ते गरीबां दे कोठियां वास्ते हर पक्ष वालों सेवा च बाबा जी तत्पर तत् रहिंदे ने होर सेवावां जिहड़ियां जिवें पानी का निकास जिहड़ा इत्थे साढ़े नहीं है नगर के इन्ना ज़्यादा उहदे वास्ते बाबा जी ने नगर के जाके पिंडों पिंडी 450 फुट के तकरीबन डूंगे बोर करा के ते नलके लवा के दिते आ उन्हां वास्ते बाबा जी ने बड़ा वधिया उपराला किया इत्थे अकैडमी खोली है बच्चों वास्ते जिन्हां नूं उपदेश दिता जांदा भी धार्मिक लिबास दे विच रहो जिहड़े कीर्तन वास्ते बच्चे तैयार किए जा रहे होर ढाडी रागी कीर्तनीए जिहड़े इत्थे तैयार होकर बाहर देशों विदेशों फ्री नसकान सेवा कर रहे आ बाकी तबला वाचक भी जिहड़े आ उच्च कोटी दे आण के विद्वान इत्थे संगतां दे विच विचरदे आ ते सिक्ख्यावां जिहड़ियां बाबा धना सिंह जी अकैडमी दे बच्चे जिहड़े तैयार हो गए देशों विदेशों दी संगतां च वी जाणगे ते मतलब प्रचार करनगे गुरसिखी का ये बाबा जी नूं बहुत वड्डा उपराला किया गया जिहदे विच जिहड़े छोटे छोटे बच्चे अज तैयार होकर गांह आउण वाले समय दे विच विद्वान उच्च कोटी दे विद्वान बनणगे वाहिगुरु जी का खालसा वाहिगुरु जी की फतेह समाप्ति उपरांत अलौकिक आतिशबाजी चलाई गई जो लगातार 20 मिनट तक संगतां दा खिच दा केंद्र रही इस अलौकिक आतिशबाजी दे नजारे ने संगतां दे दिलां नूं खिच के रख्या आखिर विच समागम अपनी अमिट यादा छड़दा होया संपूर्ण होया न्यूज डेस्क तो स्वाति सक्सेना दे नाल तरन तारन तो पत्रकार बलदीप सिंह पन्नू सागर अरोड़ा दी रिपोर्ट चढ़ती कला टाइम टीवी।